Pago, tem, mano. Marte Mujahid, Sant Jarnail Singh Ji Khalsa, Pindrawale. ਅਸੀਂ ਅੱਜ 23ਵੇਂ ਅਧਿਆਇ ਦੇ ਵਿੱਚ ਹੈਗੇ ਆ 23ਵਾਂ ਜਿਹੜਾ ਹੈਗਾ ਐਪੀਸੋਡ ਆ ਜਦੋਂ ਅਸੀਂ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ ਦੀ ਗੱਲ ਕਰ ਰਹੇ ਹਾਂ ਪਹਿਲੇ 22 ਘੰਟਿਆਂ ਦੇ ਵਿੱਚ ਅਸੀਂ ਦੇਖਿਆ ਕਿ ਬਾਬਾ ਜਰਨੈਲ ਸਿੰਘ ਜੀ ਵੱਖ ਵੱਖ ਪੜਾਵਾਂ ਦੇ ਵਿੱਚੋਂ ਲੰਘਦੇ ਹੋਏ ਵੱਖ ਵੱਖ ਮੁਸੀਬਤਾਂ ਦੇ ਵਿੱਚੋਂ ਲੰਘਦੇ ਹੋਏ ਮਾਨਸਿਕ ਅਤੇ ਕੌਮ ਦੀ ਜਿਹੜੀ ਪੀੜਾ ਉਸ ਨੂੰ ਆਪਣੇ ਮਨ ਦੇ ਉੱਤੇ ਝੱਲਦੇ ਹੋਏ ਇਸ ਤਰ੍ਹਾਂ ਅੱਗੇ ਵੱਧ ਰਹੇ ਨੇ ਆਪਣੇ ਜੋ ਹੁਕਮ ਧੁਰੋਂ ਲਿਖਵਾ ਕੇ ਲਿਆਏ ਨੇ ਸ਼ਹਾਦਤ ਦਾ ਉਹਨੂੰ ਪਾਉਣ ਦੇ ਲਈ ਹੁਣ ਜਿਹੜਾ ਸਮਾਂ ਹੈ ਉਹਨਾਂ ਦੇ ਕੋਲ ਬਹੁਤ ਘੱਟ ਰਹਿ ਗਿਆ 1 ਜੂਨ 1984 ਨੂੰ ਉਹ ਗੁਰੂ ਰਾਮਦਾਸ ਲੰਗਰ ਦੀ ਇਮਾਰਤ ਦੇ ਉੱਤੇ ਭਾਸ਼ਣ ਕਰ ਰਹੇ ਨੇ ਅਸੀਂ ਕੱਲ੍ਹ ਦੀ ਜਿਹੜੀ ਗੱਲ ਹੈ ਉਸਨੂੰ ਅੱਗੇ ਤੋਰਦੇ ਹਾਂ ਇੱਥੋਂ ਆਪਣੇ 23ਵੇਂ ਅਧਿਆਇ ਦੇ ਵਿੱਚ ਉਹ ਕਹਿੰਦੇ ਕਿ ਇਹ ਮੇਰਾ ਪਰਣ ਹੈ ਹੁਣ ਆਪਾਂ ਪੰਥ ਨੂੰ ਅਖੌਤੀ ਤੇ ਨਾਮ ਧਰੀਕ ਸਮਝੌਤਿਆਂ ਤੋਂ ਵਾਰ ਵਾਰ ਮਾਰ ਨਹੀਂ ਖਾਣ ਦੇਣੀ ਹੁਣ ਇੱਥੇ ਬਾਬਾ ਜਰਨੈਲ ਸਿੰਘ ਉਹਨਾਂ ਦੇ ਮਨ ਦੇ ਵਿੱਚ ਜਿਹੜੀ ਗੱਲ ਖੂਬੀ ਹੋਈ ਹੈ ਮਨ ਦੇ ਵਿੱਚ ਜਿਹੜਾ ਦਰਦ ਹੈ ਪੂਰੇ 150 ਸਾਲ ਦਾ ਉਹਦੀ ਗੱਲ ਕਰ ਰਹੇ ਨੇ ਕਹਿੰਦੇ ਹੁਣ ਆਪਾਂ ਨਾਮ ਧਰੀਕ ਸਮਝੌਤਿਆਂ ਤੋਂ ਵਾਰ ਵਾਰ ਮਾਰ ਨਹੀਂ ਖਾਣ ਦੇਣੀ ਤੇ ਜੇ ਸਾਨੂੰ ਆਪਣੇ ਧਰਮ ਦੀ ਰਾਖੀ ਤੇ ਪੰਥ ਦੀ ਆਜ਼ਾਦ ਹਸਤੀ ਤੇ ਇਹਦੀ ਵਿਲੱਖਣਤਾ ਨੂੰ ਕਾਇਮ ਰੱਖਣ ਵਾਸਤੇ ਇਹਨਾਂ ਟੋਪੀ ਵਾਲਿਆਂ ਨਾਲੋਂ ਪੱਕੇ ਤੌਰ ਤੇ ਸਾਂਝ ਭਿਆਲੀ ਤੋੜ ਕੇ ਮੁਕੰਮਲ ਤੌਰ ਤੇ ਵੱਖ ਵੀ ਹੋਣਾ ਪਿਆ ਤਾਂ ਜ਼ਰੂਰ ਹੋਵਾਂਗੇ ਤਾਂ ਵਾਰ ਵਾਰ ਕਈ ਲੋਕ ਸਾਨੂੰ ਕਹਿੰਦੇ ਨੇ ਕਿ ਉਹਨਾਂ ਨੇ ਵੱਖ ਹੋਣ ਦੀ ਗੱਲ ਨਹੀਂ ਕੀਤੀ ਖਾਲਿਸਤਾਨ ਦੀ ਗੱਲ ਨਹੀਂ ਕੀਤੀ ਖਾਲਸਾ ਰਾਜ ਦੀ ਗੱਲ ਨਹੀਂ ਕੀਤੀ ਤਾਂ ਬਹੁਤ ਸਪਸ਼ਟ ਸ਼ਬਦਾਂ ਦੇ ਵਿੱਚ ਉਹਨਾਂ ਨੇ 1 ਜੂਨ ਨੂੰ ਜਿਹੜੀ ਗੱਲ ਹੈਗੀ ਹੈ ਉਹ ਕਹੀ ਹੈ ਤਾਂ ਉਹ ਕਹਿੰਦੇ ਨੇ ਕਿ ਬਹੁਤ ਅਜੀਬ ਗੱਲ ਹੈ ਕਿ ਕਈਆਂ ਦੇ ਸਿਰ ਉੱਪਰ ਹਿੰਦੂ ਸਿੱਖ ਏਕਤਾ ਦਾ ਹਿੰਦੂਆਂ ਨਾਲ 9 ਮਾਸ ਦੇ ਰਿਸ਼ਤੇ ਦਾ ਭਾਰਤ ਦੀ ਅਖੰਡਤਾ ਦਾ ਤੇ ਗਾਂਧੀਵਾਦੀ ਸ਼ਾਂਤੀ ਦਾ 8 ਪਹਿਰ ਭੂਤ ਸਵਾਰ ਹੋਇਆ ਰਹਿੰਦਾ ਤੇ ਸਪਸ਼ਟ ਜਿਹੜਾ ਹੈਗਾ ਉਹਨਾਂ ਦਾ ਸੰਕੇਤ ਹੈ ਲੌਂਗੋਵਾਲ ਵੱਲ ਉਹ ਕਹਿੰਦੇ ਦਾਸ ਪਹਿਲਾਂ ਵੀ ਕਹਿ ਚੁੱਕਾ ਅਮਨ ਤੇ ਸ਼ਾਂਤੀ ਦੇ ਅਸੀਂ ਹਾਮੀ ਹਾਂ ਸਗੋਂ ਸਾਰੀ ਮਨੁੱਖਤਾ ਚ ਸੁਰੱਖਿਅਤ ਸ਼ਾਂਤੀ ਤੇ ਏਕਤਾ ਦਾ ਵਰਤਾਰਾ ਚਾਹੁੰਦੇ ਹਾਂ ਸਰਬੱਤ ਦੇ ਭਲੇ ਦੀ ਮੰਗ ਕਰਦੇ ਹਾਂ ਰੋਜ਼ ਅਸੀਂ ਅਰਦਾਸ ਕਰਦੇ ਹਾਂ ਪਰ ਅਸੀਂ ਕਿਸੇ ਵੀ ਐਸੀ ਸ਼ਾਂਤੀ ਏਕਤਾ ਤੇ ਅਖੰਡਤਾ ਦੇ ਉੱਕਾ ਹੀ ਹਾਮੀ ਨਹੀਂ ਜਿਹਦੀ ਆੜ ਚ ਕੋਈ ਸਾਡੇ ਈਸਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰੀ ਜਾਵੇ ਪੰਥ ਦੇ ਇਤਿਹਾਸ ਤੇ ਸਿਧਾਂਤ ਨੂੰ ਵਿਗਾੜਦਾ ਫਿਰੇ ਸਾਡੇ ਅਮੀਰ ਵਿਰਸੇ ਨੂੰ ਖਤਮ ਕਰਨ ਲਈ ਦਾਪੇਚ ਖੇਡਦਾ ਫਿਰੇ ਪਵਿੱਤਰ ਗੁਰਧਾਮਾਂ ਦੀ ਬੇਹੁਰਮਤੀ ਕਰੀ ਜਾਵੇ ਸਿੱਖਾਂ ਦੇ ਹੱਕ ਖੋਹੀ ਜਾਵੇ ਮਾਰੀ ਜਾਵੇ ਪੰਥ ਦੀ ਚੜ੍ਹਦੀ ਕਲਾ ਤੇ ਇਹਦੇ ਵਧਣ ਫੁੱਲਣ ਦੇ ਰਾਹ ਬੰਦ ਕਰਦਾ ਹੋਵੇ ਪੰਥ ਦੇ ਅੰਦਰ ਗੁਰੂ ਡੰਮ ਦਾ ਅਡੰਬਰ ਰਚਾਉਂਦਾ ਫਿਰੇ ਸਿੱਖ ਧਰਮ ਤੇ ਸਿੱਖ ਕੌਮ ਦੀ ਆਜ਼ਾਦ ਹਸਤੀ ਨੂੰ ਹਿੰਦੂ ਧਰਮ ਦੀ ਹੀ ਇੱਕ ਧਾਰਮਿਕ ਸੰਪਰਦਾ ਤੇ ਸਾਖ ਦੱਸਦਾ ਫਿਰੇ ਤੇ ਸਾਡੇ ਪਵਿੱਤਰ ਗੁਰਧਾਮਾਂ ਦੁਆਲੇ ਨਾਕਾਬੰਦੀਆਂ ਤੇ ਮੋਰਚਾਬੰਦੀਆਂ ਕਰਵਾਉਂਦਾ ਫਿਰੇ ਜੇ ਅਸੀਂ ਸਿੱਖ ਧਰਮ ਤੇ ਖਾਲਸਾ ਪੰਥ ਦੀ ਆਜ਼ਾਦ ਹਸਤੀ ਦੇ ਭਿਆਨਕ ਹਮਲੇ ਹੁੰਦੇ ਦੇਖ ਕੇ ਵੀ ਭਾਰਤ ਦੀ ਏਕਤਾ ਤੇ ਅਖੰਡਤਾ ਦੇ ਗੁਣ ਗਾਉਂਦੇ ਫਿਰੀਏ ਤੇ ਸ਼ਾਂਤੀ ਸ਼ਾਂਤੀ ਕੂਕਦੇ ਫਿਰੀਏ ਤਾਂ ਫਿਰ ਅਸੀਂ ਗੁਰੂ ਘਰ ਦੀਆਂ ਨਜ਼ਰਾਂ ਤੇ ਉਸ ਵਾਹਿਗੁਰੂ ਦੀ ਦਰਗਾਹ ਚ ਕਿਵੇਂ ਬਖਸ਼ੇ ਜਾ ਸਕਦੇ ਹਾਂ ਇੰਨੀ ਸਾਫ ਸ਼ਫਾਫ ਸ਼ਬਦਾਂ ਦੇ ਵਿੱਚ ਗੱਲ ਕਰਨੀ ਸਾਡੀ ਕੌਮ ਨੂੰ ਜੇ ਕੋਈ ਇੰਨੇ ਸਪਸ਼ਟ ਸ਼ਬਦਾਂ ਦੇ ਵਿੱਚ ਇਸ ਤਰ੍ਹਾਂ ਤਰੀਕੇ ਨਾਲ ਗੱਲ ਕਰੇ ਤਾਂ ਕੌਮ ਕਿਵੇਂ ਮੋੜ ਸਕਦੀ ਹੈ ਉਹਨਾਂ ਦਾ ਆਖਾ ਕੌਮ ਦੇ ਰਾਹ ਦੇ ਵਿੱਚ ਰੁਕਾਵਟ ਕੀ ਹੈ ਕੌਮ ਨੂੰ ਉਹ ਸਿਧਾਂਤ ਉਹ ਏਜੰਡਾ ਜਿਹੜਾ ਦੇ ਕੇ ਗਏ ਨੇ ਉਹਨੂੰ ਮੰਨਣ ਚ ਰੁਕਾਵਟ ਕੀ ਹੈ ਇਹ ਵਿਸ਼ਾ ਇੱਕ ਵੱਖਰਾ ਪਰ ਕਿਸੇ ਵੀ ਸਿੱਖ ਲੀਡਰ ਨੇ ਬੰਦਾ ਬਹਾਦਰ ਤੋਂ ਬਾਅਦ ਇੰਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਦੇ ਗੱਲ ਨਹੀਂ ਕੀਤੀ ਹੈਗੀ ਉਹ ਕਹਿੰਦੇ ਨੇ ਕਿ ਮੇਰਾ ਤਾਂ ਸਮੁੱਚੇ ਖਾਲਸਾ ਪੰਥ ਦੇ ਚਰਨਾਂ 'ਚ ਖੁੱਲ੍ਹਾ ਹੋਕਾ ਹੈ ਜਿਨ੍ਹਾਂ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਨੂੰ ਅੱਗਾਂ ਲਾਈਆਂ ਤੇ ਲਵਾਈਆਂ ਨੇ ਜਿਨ੍ਹਾਂ ਨੇ ਧੀਆਂ ਭੈਣਾਂ ਦੀ ਇੱਜ਼ਤ ਉੱਪਰ ਹਮਲੇ ਕੀਤੇ ਤੇ ਕਰਵਾਏ ਨੇ ਪਵਿੱਤਰ ਗੁਰਧਾਮਾਂ ਦੀ ਬੇਇੱਜ਼ਤੀ ਕੀਤੀ ਤੇ ਕਰਵਾਈ ਹੈ ਤੇ ਜਿਨ੍ਹਾਂ ਲੋਕਾਂ ਤੇ ਤਾਕਤਾਂ ਨੇ ਸਿੱਖ ਕੌਮ ਦੇ ਹੱਕ ਖੋਹ ਰੱਖੇ ਨੇ ਉਹਨਾਂ ਨੂੰ ਪੰਥ ਦੇ ਪੱਕੇ ਵੈਰੀ ਦੁਸ਼ਮਣ ਸਮਝੋ ਤੇ ਉਹ ਜਿਵੇਂ ਵੀ ਜਿੱਥੇ ਵੀ ਕਾਬੂ ਆਉਂਦੇ ਨੇ ਉਹਨਾਂ ਨੂੰ ਉੱਥੇ ਹੀ ਸੋਧੋ ਤੇ ਗੱਡੀ ਚੜਾਓ ਗੱਲ ਸਪਸ਼ਟ ਉਹਨਾਂ ਨੂੰ ਹੋ ਚੁੱਕੀ ਹੈ ਕਿ ਸਮਾਂ ਬਹੁਤ ਥੋੜਾ ਹੁਣ ਉਹ ਇੱਕ ਤਰ੍ਹਾਂ ਕੌਮ ਦਾ ਸੰਵਿਧਾਨ ਵੀ ਘੜ ਰਹੇ ਨੇ ਇੱਥੇ ਇੱਕ ਤਰੀਕੇ ਨਾਲ ਉਹ ਕੌਮ ਨੂੰ ਰਾਹ ਵੀ ਦੱਸ ਰਹੇ ਨੇ ਕਿ ਆਜ਼ਾਦੀ ਕਿਸ ਤਰ੍ਹਾਂ ਮਿਲਣੀ ਹੈ ਤੇ ਇੱਕ ਤਰੀਕੇ ਨਾਲ ਚੜ੍ਹਦੀ ਕਲਾ ਦੇ ਵਿੱਚ ਕੌਮ ਨੂੰ ਕਿਸ ਦਿਸ਼ਾ ਵੱਲ ਕਿਸ ਤਰੀਕੇ ਨਾਲ ਲੈ ਕੇ ਜਾਣਾ ਉਹ ਵੀ ਪੈੜ ਪਾ ਰਹੇ ਨੇ
ਉਹਨਾਂ ਦੇ ਅੱਖਰ ਅੱਖਰ ਤੋਂ ਸ਼ਬਦ ਸ਼ਬਦ ਤੋਂ ਅਸੀਂ ਇਸ ਗੱਲ ਦਾ ਨਿਸ਼ਚਾ ਕਰ ਸਕਦੇ ਹਾਂ, ਇਸ ਗੱਲ ਦਾ ਅਸੀਂ ਨਤੀਜਾ ਕੱਢ ਸਕਦੇ ਹਾਂ, ਸਿੱਟਾ ਕੱਢ ਸਕਦੇ ਹਾਂ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਆਪਣਾ ਸਭ ਤੋਂ ਪਹਿਲਾਂ ਭਾਸ਼ਣ ਦਿੱਤਾ ਸੀ, ਜਿਸ ਵੇਲੇ ਉਹਨਾਂ ਨੂੰ ਸੇਵਾ ਮਿਲਦੀ ਹੈ ਭਿੰਡਰਾਂ ਜਥੇ ਦੀ, ਉਸ ਦਿਨ ਤੋਂ ਲੈ ਕੇ 1 ਜੂਨ ਤੱਕ ਉਹਨਾਂ ਦੇ ਸ਼ਬਦਾਂ ਦੀ ਚੋਣ, ਉਹਨਾਂ ਦੇ ਕਹੇ ਹੋਏ ਸ਼ਬਦ ਤਕਰੀਬਨ ਇੱਕੋ ਜਿਹੇ ਸਨ। ਉਹ ਕਹਿੰਦੇ ਨੇ ਕਿ ਮੇਰੇ ਵੱਲੋਂ ਫਿਰ ਇਸ ਗੱਲ ਦਾ ਬਾਰ ਬਾਰ ਐਲਾਨ ਹੈ ਕਿ ਜੇ ਸਿੱਖ ਕੌਮ ਦੀ ਇੱਜ਼ਤ, ਆਨ ਸ਼ਾਨ, ਆਜ਼ਾਦ ਹਸਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਤੇ ਸਿੱਖ ਧਰਮ ਨੂੰ ਕਾਇਮ ਰੱਖਣ ਦੀ ਖਾਤਰ ਭਾਰਤ ਦੀ ਅਖੰਡਤਾ ਟੁੱਟਦੀ ਭੱਜਦੀ ਤੇ ਮਰਦੀ ਹੈ ਤਾਂ ਇਸ ਨੂੰ ਜਿੰਨਾ ਛੇਤੀ ਹੋ ਸਕੇ ਟੁੱਟਣ ਭੱਜਣ ਤੇ ਮਰਨ ਦਿਓ। ਹਿੰਦੂ ਸਾਮਰਾਜ ਵੱਲੋਂ ਖਾਲਸਾ ਪੰਥ ਉਪਰ ਕੀਤੀਆਂ ਜਾ ਰਹੀਆਂ ਬੇਇਨਸਾਫੀਆਂ ਤੇ ਇਸ ਵੱਲੋਂ ਕੀਤੇ ਜਾ ਰਹੇ ਮਾਰੂ ਤੇ ਭਿਆਨਕ ਹਮਲਿਆਂ ਨੂੰ ਅਤੇ ਇਨ੍ਹਾਂ ਹਮਲਿਆਂ ਦੇ ਕਾਰਨ ਪੰਥ ਦੀ ਹੋ ਰਹੀ ਤਬਾਹੀ ਤੇ ਬਰਬਾਦੀ ਨੂੰ ਅੱਖੀ ਵੇਖਦਿਆਂ ਹੋਇਆਂ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਦਾ ਸੁੱਤੇ ਸਿੱਧ ਰੂਪ ਚ ਖਿਆਲ ਮਨ ਦੇ ਵਿਚ ਲਿਆਉਣਾ ਹਰ ਸਿੱਖ ਲਈ ਇਕ ਐਸਾ ਘੋਰ ਪਾਪ ਹੈ ਜਿਹੜਾ ਰਹਿੰਦੀ ਦੁਨੀਆਂ ਤੱਕ ਨਹੀਂ ਬਖਸ਼ਿਆ ਜਾ ਸਕਦਾ। ਉਹ ਕਹਿੰਦੇ ਨੇ ਗੁਰੂ ਸਾਹਿਬਾਨ ਨੇ ਸਿੱਖ ਪੰਥ ਨੂੰ ਮਾਨਵਤਾ ਦੇ ਖੇਤਰ ਅੰਦਰ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਨੇ। ਇਸ ਗੱਲ ਦੀ ਰੋਸ਼ਨੀ ਚ ਜਦੋਂ ਮੈਂ ਅੱਜ ਦੇ ਹਾਲਾਤ ਨੂੰ ਵੇਖਦਾ ਵਿਚਾਰਦਾ ਤਾਂ ਉਸੇ ਵੇਲੇ ਮੇਰੇ ਮਨ ਦੇ ਅੰਦਰ ਇਹ ਵਿਚਾਰ ਬਾਰ ਬਾਰ ਉਭਰਦਾ ਕਿ ਗੁਰੂ ਘਰ ਵੱਲੋਂ ਖਾਲਸਾ ਪੰਥ ਨੂੰ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਤੇ ਪ੍ਰਵਾਨ ਚੜਾਉਣ ਲਈ ਖਾਲਸਾ ਪੰਥ ਦੇ ਧਰਮ, ਸਮਾਜ ਤੇ ਰਾਜ ਦੇ ਅੰਦਰ ਬੋਲਬਾਲੇ ਦਾ ਕਾਇਮ ਹੋਣਾ ਬਹੁਤ ਜ਼ਰੂਰੀ ਹੈ ਤੇ ਖਾਲਸਾ ਜੀ ਦੇ ਬੋਲਬਾਲੇ ਨੂੰ ਅਮਲੀ ਰੂਪ ਦੇਣ ਲਈ ਸਿੱਖ ਕੌਮ ਨੂੰ ਸੰਪੂਰਨ ਰਾਜ ਤਾਕਤ ਦੀ ਲੋੜ ਹੈ, ਕਿਉਂਕਿ ਰਾਜ ਤਾਕਤ ਹੀ ਸੱਤਾ ਦਾ ਐਸਾ ਸੋਮਾ ਹੁੰਦੀ ਹੈ ਜੋ ਸਮੁੱਚੀ ਮਾਨਵਤਾ ਦਾ ਭਲਾ ਚਿਤਵਨ ਵਾਲੀ ਕੌਮ ਨੂੰ ਜੀਵਨ ਤੇ ਸਮਾਜ ਦੇ ਹਰ ਖੇਤਰ ਚ ਅੱਗੇ ਵਧਣ ਲਈ ਉਦਮ, ਸਾਹਸ, ਵਸੀਲੇ ਤੇ ਇੱਕ ਉਸ ਤਰੀਕੇ ਦਾ ਸੰਭਾਵੀ ਵਾਤਾਵਰਨ ਪ੍ਰਦਾਨ ਕਰਦੀ ਹੈ। ਰਾਜ ਦੇ ਸੰਕਲਪ ਬਾਰੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦ੍ਰਿੜ ਵਿਚਾਰ ਤੇ ਵਿਸ਼ਵਾਸ ਹੈ ਕਿ ਰਾਜ ਬਿਨਾਂ ਨਾ ਧਰਮ ਚਲੈ ਹੈ, ਧਰਮ ਬਿਨਾਂ ਸਭ ਦਲੇ ਮਲੈ ਹੈ। ਕਹਿੰਦੇ ਗੁਰੂ ਮਹਾਰਾਜ ਦੇ ਇਸ ਸੰਕਲਪ ਚ ਐਸੀ ਅਟਲ ਸੱਚਾਈ ਹੈ ਜਿਸ ਤੋਂ ਮੁਨਕਰ ਹੋਣ ਦਾ ਸਿੱਧਾ ਅਰਥ ਗੁਰੂ ਘਰ ਦੇ ਅਕੀਦਿਆਂ, ਟੀਚਿਆਂ ਤੇ ਵਿਸ਼ਵਾਸਾਂ ਤੋਂ ਮੁਨਕਰ ਹੋਣ ਵਾਲੀ ਗੱਲ ਹੈ। ਸਿੰਘੋ, ਜਿਹੜਾ ਵੀ ਬੰਦਾ, ਜਿਹੜੀ ਵੀ ਕੋਈ ਹਸਤੀ ਆਪਣੇ ਆਪ ਨੂੰ ਗੁਰੂ ਦਾ ਸਿੰਘ ਵੀ ਅਖਵਾਉਂਦਾ ਨਾ, ਕੌਮ ਦਾ ਆਗੂ ਹੋਣ ਦਾ ਦਾਵਾ ਵੀ ਕਰਦਾ, ਫਿਰ ਆਪਣੇ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਦੀ ਬੇਅਦਬੀ ਦੇਖ ਕੇ, ਸਿੱਖਾਂ ਦੀ ਇੱਜ਼ਤ ਪਾਤ ਚੁਰਾਹੇ ਚ ਰੁਲਦਿਆਂ ਦੇਖ ਕੇ, ਸੁਣ ਕੇ ਵੀ ਭਾਰਤ ਦੀ ਅਖੰਡਤਾ, ਹਿੰਦੂ ਸਿੱਖ ਏਕਤਾ ਤੇ ਸਿੱਖ ਪੰਥ ਨੂੰ ਭਾਰਤ ਨਾਲ ਬੱਝੇ ਤੇ ਨੂੜੇ ਰਹਿਣ ਦੀਆਂ ਹਦਾਇਤਾਂ ਤੇ ਨਸੀਹਤਾਂ ਦੇ ਜਿਹੜੇ ਗੀਤ ਨੇ ਉਹ ਗਾ ਗਾ ਕੇ ਦੱਸਦਾ ਤਾਂ ਫਿਰ ਉਸ ਤੋਂ ਵੱਡਾ ਪਾਪੀ, ਦੁਸ਼ਟ ਤੇ ਪੰਥ ਘਾਤਕ ਜਿਹੜਾ ਹੈਗਾ ਹੋਰ ਕੌਣ ਹੋ ਸਕਦਾ। ਅਜਿਹੇ ਬੰਦਿਆਂ ਤੋਂ ਸਾਵਧਾਨ ਹੋ ਕੇ ਰਹਿਣ ਦੀ ਲੋੜ ਹੈ, ਕਿਉਂਕਿ ਅਜਿਹੇ ਲੋਕ ਪੰਥ ਦੇ ਬਾਗ ਪਰਿਵਾਰ ਲਈ ਐਸੇ ਲੱਕੜਹਾਰਿਆਂ ਵਰਗੇ ਨੇ ਜਿਹੜੇ ਚੋਰੀ ਚੋਰੀ ਇਸ ਬਾਗ ਦਾ ਸਾਰਾ ਫਲ ਵੀ ਆਪ ਸਮੇਟ ਲੈਂਦੇ ਨੇ ਤੇ ਇਹਦੀਆਂ ਜੜਾਂ ਵੀ ਨਾਲੋ ਨਾਲ ਕੱਟਦੇ ਤੇ ਕੁਤਰਦੇ ਰਹਿੰਦੇ ਨੇ। ਇਸ ਤਰ੍ਹਾਂ ਦੇ ਲੋਕ ਕਈ ਵਾਰ ਬਾਹਰੋਂ ਵੇਖਣ ਨੂੰ ਤਾਂ ਬਾਗ ਦੇ ਮਾਲੀ ਲੱਗਦੇ ਨੇ, ਪਰ ਇਹਨਾਂ ਦੀ ਸੋਚ ਤੇ ਕਿਰਦਾਰ ਬਿਲਕੁਲ ਚੋਰ ਲੱਕੜਹਾਰਿਆਂ ਵਰਗਾ ਹੁੰਦਾ। ਕੁਝ ਲੋਕ ਤਾਂ ਕਹਿੰਦੇ ਪੰਥ ਨੂੰ ਇਸ ਵੇਲੇ ਅਜਿਹੀਆਂ ਜੋਕਾਂ ਬਣ ਕੇ ਚਿਮੜੇ ਹੋਏ ਨੇ ਜਿਹੜੇ ਪੰਥ ਦਾ ਲਹੂ ਵੀ ਪੀਂਦੇ ਨੇ ਤੇ ਨਾਲੋ ਨਾਲ ਪੰਥ ਦੀਆਂ ਨਸਾਂ ਨਾੜਾਂ ਦੇ ਅੰਦਰ ਭਿਆਨਕ ਕਿਸਮ ਦਾ ਜ਼ਹਿਰ ਵੀ ਭਰਦੇ ਜਾ ਰਹੇ ਨੇ। ਇਸ ਲਈ ਮੇਰੀ ਸਮੁੱਚੇ ਖਾਲਸਾ ਪੰਥ ਦੇ ਪਾਸ ਹੱਥ ਜੋੜ ਕੇ ਬੇਨਤੀ ਹੈ ਕਿ ਪੰਥਕ ਬਾਗ ਪਰਿਵਾਰ ਦੀਆਂ ਜੜਾਂ ਦੇ ਉੱਤੇ ਜਿਹੜੀ ਕੁਹਾੜੀ ਚੱਲ ਰਹੀ ਹੈ, ਉਹ ਕੁਹਾੜਾ ਚਲਾਉਣ ਵਾਲੇ, ਪੰਥ ਦਾ ਲਹੂ ਪੀਣ ਵਾਲੇ ਤੇ ਇਹਦੀਆਂ ਨਸਾਂ ਨਾੜਾਂ ਚ ਜ਼ਹਿਰ ਭਰਨ ਵਾਲੇ ਬੰਦਿਆਂ ਦੇ ਉੱਪਰ ਭਰੋਸਾ ਕਰਨਾ ਛੱਡੋ ਤੇ ਡੋਗਰਿਆਂ, ਮਿਸਰਾਂ ਤੇ ਪਹਾੜਾ ਸਿੰਘੀਆਂ ਨੂੰ ਪੰਥ ਦੇ ਅੰਦਰ ਬਾਰ ਬਾਰ ਸੰਨ ਲਾਉਣ ਦੇ ਖੁੱਲੇ ਮੌਕੇ ਦੇਣ ਦੀਆਂ ਭੁੱਲਾਂ ਤੇ ਗਲਤੀਆਂ ਨੂੰ ਸਦਾ ਸਦਾ ਲਈ ਤਿਆਗ ਦਿਓ। ਕੀ ਅਰਥ ਕੱਢਣੇ ਨੇ ਇਹਨਾਂ ਗੱਲਾਂ ਤੋਂ? ਗੱਲਾਂ ਦੇ ਅਰਥ ਕੌਮ ਕੱਢਣ ਲਈ ਤਿਆਰ ਹੈ, ਗੱਲਾਂ ਦੇ ਅਰਥ ਕੌਮ ਆਪਣੇ ਮਨ ਦੇ ਵਿੱਚ ਲੈਣ ਲਈ ਤਿਆਰ ਹੈ, ਪਰ ਇਹ ਗੱਲਾਂ ਜਿਹੜੀਆਂ ਹੈਗੀਆਂ ਨੇ ਸਮੁੱਚੀ ਕੌਮ ਤੱਕ ਪਹੁੰਚਣ ਨਹੀਂ ਦਿੱਤੀਆਂ ਜਾ ਰਹੀਆਂ। ਸਿਰਫ ਕੌਮ ਨੂੰ, ਸਿਰਫ ਕੌਮ ਦੇ ਕੁਝ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਉਹਨਾਂ ਦੀ ਤਸਵੀਰ ਤੱਕ, ਫੋਟੋ ਤੱਕ ਸੀਮਿਤ ਕਰ ਦਿੱਤਾ ਗਿਆ ਕਿ ਉਹਨਾਂ ਨੇ ਆਪਣੀ ਗੱਡੀ ਦੇ ਬਾਹਰ ਜਾਂ ਆਪਣੀ ਮੋਟਰਸਾਈਕਲ ਦੇ ਉੱਤੇ ਬਾਬਾ ਜੀ ਦੀ ਫੋਟੋ ਲਾ ਲਈ, ਬਸ ਇੰਨੇ ਦੇ ਵਿੱਚ ਉਹਨਾਂ ਨੂੰ ਤਸੱਲੀ ਕਰਵਾ ਦਿੱਤੀ ਕਿ ਇਹ ਤੁਹਾਡਾ ਜਿਹੜਾ ਹੈਗਾ ਜਿਹਦੇ ਬਾਰੇ ਤੁਸੀਂ ਗੱਲ ਕਰਦੇ ਹੋ, ਜਿਹੜੇ ਜਰਨੈਲ ਸਿੰਘ ਦੀ ਤੁਸੀਂ ਗੱਲ ਕਰਦੇ ਹੋ, ਇਹ ਬਸ ਅਸੀਂ ਫੋਟੋ ਲਾ ਲਈ ਤੇ ਆਪਣੇ ਆਪ ਨੂੰ ਅਸੀਂ ਹੁਣ ਉਹਨਾਂ ਦਾ ਜਿਹੜਾ ਹੈ ਸ਼ਰਧਾਲੂ ਸਮਝਦੇ ਹਾਂ, ਉਹਨਾਂ ਦੇ ਪਦ ਚਿੰਨ੍ਹਾਂ ਦੇ ਉੱਤੇ ਚੱਲਣ ਵਾਲਾ ਬੰਦਾ ਸਮਝਦੇ ਹਾਂ ਆਪਣੇ ਆਪ ਨੂੰ। ਕੀ ਸਿਰਫ ਇਹਦੇ ਨਾਲ ਸੰਤੁਸ਼ਟ ਹੋ? ਜਿਹੜੇ ਵੀ ਇੱਥੇ ਇਸ ਵੇਲੇ ਸਾਨੂੰ ਸੁਣ ਰਹੇ ਹੋ ਤੁਸੀਂ,
ਕੀ ਸਿਰਫ ਬਾਬਾ ਜਰਨੈਲ ਸਿੰਘ ਦੀ ਫੋਟੋ ਗੱਡੀ ਦੇ ਉੱਤੇ ਲਾਉਣ ਨਾਲ ਜਾਂ ਆਪਣੇ ਘਰ ਚ ਲਾਉਣ ਨਾਲ ਅਸੀਂ ਉਸ ਸਿਧਾਂਤ ਨੂੰ ਉਸ ਏਜੰਡੇ ਨੂੰ ਪਰਨਾਏ ਗਏ ਜਿਹੜਾ ਸਿਧਾਂਤ ਤੇ ਏਜੰਡਾ ਸਾਨੂੰ ਦੇ ਕੇ ਗਏ ਨੇ ਸਾਡੇ ਸਾਹਮਣੇ ਸਪਸ਼ਟ ਆ ਹੁਣ ਅਸੀਂ ਜਦੋਂ ਅੱਜ 23ਵੇਂ ਅਧਿਆਏ ਦੇ ਵਿੱਚ ਇਹ ਗੱਲ ਕਰ ਰਹੇ ਹਾਂ ਬਾਬਾ ਜਰਨੈਲ ਸਿੰਘ ਦੀ ਤਾਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਉਹ ਵਾਰ ਵਾਰ ਸਾਨੂੰ ਆਖਰੀ ਦਮ ਤੱਕ ਉਹ ਸਾਨੂੰ ਕੀ ਸੁਨੇਹਾ ਦੇ ਕੇ ਗਏ ਨੇ ਉਸ ਸੁਨੇਹੇ ਨੂੰ ਆਪਣੇ ਆਪ ਦੇ ਵਿੱਚ ਇੱਕ ਪੂਰਾ ਸੰਵਿਧਾਨ ਆ ਇੱਕ ਕੌਮ ਦਾ ਸੰਵਿਧਾਨ ਆ ਉਹ ਇੱਕ ਮੁਲਕ ਦਾ ਸੰਵਿਧਾਨ ਹੋ ਸਕਦਾ ਉਹ ਇੱਕ ਮੁਲਕ ਦਾ ਕਾਨੂੰਨ ਹੋ ਸਕਦਾ ਉਹ ਸਾਡੇ ਧਰਮ ਦਾ ਕਾਨੂੰਨ ਹੋ ਸਕਦਾ ਸਾਡੀ ਕੌਮ ਦਾ ਕਾਨੂੰਨ ਹੋ ਸਕਦਾ ਜੇਕਰ ਅਸੀਂ ਉਸ ਨੂੰ ਪਰਨਾਏ ਜਾਈਏ ਜੇਕਰ ਅਸੀਂ ਉਸ ਦੇ ਉੱਤੇ 10% ਵੀ ਕੰਮ ਕਰ ਲਈਏ ਉਸ ਸੰਵਿਧਾਨ ਦੇ ਉੱਤੇ ਤਾਂ ਉਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਕਿੰਨੇ ਲੋਕਾਂ ਨੇ ਭਾਰਤ ਦਾ ਸੰਵਿਧਾਨ ਲਿਖਿਆ ਕਿੰਨੇ ਮੈਂਬਰੀ ਕਮੇਟੀ ਸੀ ਤੇ ਜਿਹਦਾ ਅੰਬੇਦਕਰ ਇੱਕ ਮੈਂਬਰ ਸੀ ਕਿੰਨਾ ਸਮਾਂ ਲੱਗਾ ਉਸ ਨੂੰ ਸੰਵਿਧਾਨ ਨੂੰ ਘੜਨ ਦੇ ਵਿੱਚ 3 ਸਾਲ 1947 ਤੋਂ ਲੈ ਕੇ 1950 ਤੱਕ ਉਹਨਾਂ ਨੇ ਸੰਵਿਧਾਨ ਘੜਿਆ 3 ਸਾਲ ਲੱਗੇ ਤੇ ਸਾਡੇ ਕੋਲ ਉਹਨਾਂ ਨੇ ਇਕੱਲਿਆਂ ਨੇ ਹੀ ਜਿਹੜਾ ਸੰਵਿਧਾਨ ਘੜ ਕੇ ਸਾਨੂੰ ਦਿੱਤਾ ਸਾਡਾ ਸਿਰ ਝੁਕਦਾ ਉਹਨਾਂ ਦੇ ਅੱਗੇ ਉਸ ਸੰਵਿਧਾਨ ਦੇ ਅੱਗੇ ਉਹ ਕਾਨੂੰਨ ਦੇ ਅੱਗੇ ਜਿਹੜਾ ਕਾਨੂੰਨ ਸਾਨੂੰ ਬਣਾ ਕੇ ਦੇਵੇ ਉਹ ਵਾਰ ਵਾਰ ਕਹਿੰਦੇ ਰਹੇ ਕਹਿੰਦੇ ਕਿਸੇ ਵੀ ਅਜਿਹੇ ਬੰਦੇ ਨੂੰ ਜੋ ਸੋਚ ਸੁਭਾਅ ਅਮਲ ਕਰਮ ਤੇ ਰਿਸ਼ਤੇਦਾਰੀਆਂ ਦੇ ਪੱਖਾਂ ਤੋਂ ਹਿੰਦੂ ਮਤ ਦੀਆਂ ਜੜ੍ਹਾਂ ਨਾਲ ਜੁੜਿਆ ਹੋਵੇ ਤੇ ਬਾਹਰੀ ਤੌਰ ਦੇ ਉੱਪਰ ਸਿੱਖੀ ਸਰੂਪ ਚ ਨਜ਼ਰ ਆਉਂਦਾ ਹੋਵੇ ਉਹਨੂੰ ਕਿਸੇ ਵੀ ਧਾਰਮਿਕ ਸਮਾਜਿਕ ਸਭਿਆਚਾਰਕ ਤੇ ਰਾਜਸੀ ਜਥੇਬੰਦੀ ਤੇ ਅਦਾਰੇ ਚ ਵੱਡੇ ਆਗੂ ਤੇ ਜਥੇਦਾਰ ਰੂਪ ਚ ਬਿਲਕੁਲ ਨਾ ਕੋਈ ਥਾਂ ਤੇ ਬੈਠਣ ਦਿਓ ਕਿਸੇ ਸੀਟ ਤੇ ਬੈਠਣ ਨਾ ਦਿਓ ਕਹਿੰਦੇ ਕਿਉਂਕਿ ਇਤਿਹਾਸ ਇਸ ਗੱਲ ਦਾ ਗਵਾਹ ਕਿ ਅੱਜ ਤੱਕ ਇਸ ਤਰ੍ਹਾਂ ਦੇ ਲੋਕ ਹੀ ਸਿੱਖ ਕੌਮ ਦਾ ਪੈਰ ਪੈਰ ਦੇ ਉੱਪਰ ਘਾਤ ਕਰਦੇ ਰਹੇ ਨੇ ਤੇ ਪੰਥਕ ਸਿਧਾਂਤ ਤੇ ਰਵਾਇਤਾਂ ਦੇ ਉੱਪਰ ਹਿੰਦੂ ਮਤ ਦਾ ਧੁੰਦ ਗੁਬਾਰ ਫੈਲਾਉਣ ਦੀ ਜਿਹੜੀ ਰੀਤ ਹੈ ਉਸ ਨੂੰ ਉਤਸ਼ਾਹਿਤ ਕਰਦੇ ਰਹੇ ਨੇ ਤੇ ਹਵਾ ਦਿੰਦੇ ਰਹੇ ਨੇ ਜੇ ਅਸੀਂ ਭਵਿੱਖ ਵਿੱਚ ਵੀ ਐਸੀ ਗੱਲ ਵੱਲ ਸਖਤੀ ਨਾਲ ਧਿਆਨ ਨਾ ਦਿੱਤਾ ਤਾਂ ਫਿਰ ਇਸ ਤਰ੍ਹਾਂ ਦੇ ਲੋਕ ਪੰਥ ਨੂੰ ਜੀਵਨ ਦੇ ਹਰ ਮੋੜ ਤੇ ਗੁੰਮਰਾਹ ਕਰਦੇ ਨੇ ਗੁਰਾਹੇ ਪਾਉਂਦੇ ਤੇ ਇਹਦੀ ਆਜ਼ਾਦ ਤੇ ਵਿਲੱਖਣ ਹਸਤੀ ਤੇ ਨਿਆਰੇਪਣ ਦੇ ਉੱਪਰ ਸੱਟਾਂ ਤੇ ਸੱਟਾਂ ਮਾਰਾਂ ਮਾਰਦੇ ਰਹਿਣਗੇ ਇਹ ਲੋਕ ਹੁਣ ਅਸੀਂ ਜ਼ਿੰਦਾਬਾਦ ਮੁਰਦਾਬਾਦ ਤਾਂ ਕਰ ਲੈਂਦੇ ਹਾਂ ਅਸੀਂ ਜ਼ੋਰ ਪਾ ਕੇ ਸਿਰ ਦੇ ਉੱਤੇ ਕੇਸਰੀ ਦਸਤਾਰ ਸਜਾ ਕੇ ਅਸੀਂ ਬੋਲੇ ਸੋਨੇਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਗਜਾ ਕੇ ਤੇ ਆਪਣੇ ਘਰ ਦੇ ਵਿੱਚ ਜਾਂ ਆਪਣੀ ਗੱਡੀ ਦੇ ਉੱਤੇ ਤਸਵੀਰ ਸਜਾ ਕੇ ਉਹਨਾਂ ਦੀ ਮਾਣ ਮਹਿਸੂਸ ਕਰਦੇ ਹਾਂ ਪਰ ਅਸੀਂ ਸਾਡੀ ਗਿਣਤੀ ਬਹੁਤ ਘੱਟ ਹੈ ਜਿਹੜੇ ਉਹਨਾਂ ਦੇ ਸਿਧਾਂਤ ਤੇ ਉਹਨਾਂ ਵੱਲੋਂ ਦਿੱਤੇ ਗਏ ਸੰਵਿਧਾਨ ਦੇ ਉੱਤੇ ਤੇ ਕਾਨੂੰਨ ਦੇ ਉੱਤੇ ਅਸੀਂ ਅਮਲ ਕਰਦੇ ਹਾਂ ਇਹ ਸਾਡਾ ਆਉਣ ਵਾਲੇ ਸਮੇਂ ਦਾ ਇਹ ਸੰਵਿਧਾਨ ਹੈ ਜਿਹੜਾ ਅਸੀਂ ਗੱਲ ਕਰ ਰਹੇ ਹਾਂ ਅੱਜ 23ਵੇਂ ਅਧਿਆਏ ਦੇ ਵਿੱਚ ਇਹ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਮੁਲਕ ਦਾ ਇਹ ਕਾਨੂੰਨ ਵੀ ਹੋ ਸਕਦਾ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਇਹ ਪੂਰੀ ਸਮੁੱਚੀ ਦੁਨੀਆਂ ਦੇ ਵਿੱਚ ਸਾਡਾ ਸੰਵਿਧਾਨ ਹੋ ਸਕਦਾ ਜਿੱਥੇ ਜਿੱਥੇ ਵੀ ਅਸੀਂ ਰਹਿੰਦੇ ਹਾਂ ਪੂਰੀ ਸਮੁੱਚੀ ਦੁਨੀਆਂ ਦੇ ਵਿੱਚ ਸਿੱਖ ਕੌਮ ਦਾ ਕਾਨੂੰਨ ਹੋ ਸਕਦਾ ਜਿੱਥੇ ਕਿਤੇ 1.25 ਲੱਖ ਸਿੱਖ ਵੀ ਵੱਸਦਾ ਦੂਰ ਦੁਰਾਡੇ ਦੇ ਥਾਵਾਂ ਦੇ ਉੱਤੇ ਕਈ ਕੁਵੈਤ ਦੇ ਵਿੱਚ ਰਹਿੰਦੇ ਨੇ ਅਰਬ ਦੇ ਮੁਲਕਾਂ ਦੇ ਵਿੱਚ ਰਹਿੰਦੇ ਨੇ ਕੁਵੈਤ ਬਹੁਤ ਦੂਰ ਦੂਰ ਐਟਲਾਂਟਾ ਅਲਾਸਕਾ ਵਿਨੀਪੈਗ ਬਹੁਤ ਥਾਵਾਂ ਦੇ ਉੱਤੇ ਅਜਿਹੇ ਸਾਡੇ ਕੌਮ ਦੇ ਹੀਰੇ ਰਹਿੰਦੇ ਨੇ ਸਾਡੇ ਕੌਮ ਦੇ ਪਰਵਾਨੇ ਰਹਿੰਦੇ ਨੇ ਜਿਹੜੇ 1.25 ਲੱਖ ਹੋ ਕੇ ਵੀ ਇਹ ਜਿਹੜੀਆਂ ਗੱਲਾਂ ਨੇ ਸੰਵਿਧਾਨ ਹੈ ਬਾਬਾ ਜੀ ਸਾਨੂੰ ਦੇ ਕੇ ਗਏ ਨੇ ਬਾਬਾ ਜਰਨੈਲ ਸਿੰਘ ਇਸ ਸੰਵਿਧਾਨ ਨੂੰ ਅਸੀਂ ਆਪਣੇ ਆਪ ਤੇ ਲਾਗੂ ਕਰ ਸਕਦੇ ਹਾਂ ਤੇ ਸਾਡਾ ਸਭ ਤੋਂ ਵੱਡਾ ਈਸਟ ਜਿਹੜਾ ਹੈਗਾ ਉਹ ਦੱਸ ਕੇ ਗਏ ਨੇ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਕਹਿੰਦੇ ਨੇ ਕਿ ਗੁਰੂ ਸਾਹਿਬਾਨ ਨੇ ਗੁਰਬਾਣੀ ਦੇ ਅੰਦਰ ਸਾਨੂੰ ਥਾਂ ਥਾਂ ਤੇ ਸੰਗਤ ਦੀ ਜਿਹੜੀ ਵਡਿਆਈ ਹੈ ਸੰਗਤ ਦੀ ਮਹੱਤਤਾ ਹੈਗੀ ਹੈ ਉਹਦੇ ਬਾਰੇ ਬਹੁਤ ਚੰਗੇ ਤਰੀਕੇ ਤੇ ਬਹੁ ਪੱਖੀ ਰੂਪ ਚ ਜਾਣਕਾਰੀ ਦਿੱਤੀ ਹੈ ਗੁਰੂ ਸਾਹਿਬਾਨ ਨੇ ਇਸ ਲਈ ਸੰਗਤ ਤੇ ਸਰਬੱਤ ਖਾਲਸਾ ਦੀ ਵਡਿਆਈ ਤੇ ਸਰਬੱਤ ਖਾਲਸਾ ਦੀ ਤਾਕਤ ਬਾਰੇ ਸਾਨੂੰ ਸਾਰਿਆਂ ਨੂੰ ਹਰ ਪੱਖੋਂ ਪੂਰੀ ਤਰ੍ਹਾਂ ਨਾਲ ਜਾਣੂ ਤੇ ਸੁਚੇਤ ਰਹਿਣਾ ਚਾਹੀਦਾ ਇਸ ਵਾਸਤੇ ਕਿਸੇ ਵੀ ਵਿਅਕਤੀ ਨੂੰ ਪੰਥਕ ਜ਼ਿੰਮੇਵਾਰੀਆਂ ਸੌਂਪਣ ਦੇ ਸਬੰਧ ਚ ਉਹਦੀ ਚੋਣ ਕਰਨ ਲੱਗਿਆਂ ਜਿੱਥੇ ਸਾਨੂੰ ਬਹੁਤ ਡੂੰਘੀ ਨਜ਼ਰ ਤੇ ਹਰ ਦ੍ਰਿਸ਼ਟੀ ਤੋਂ ਕੰਮ ਲੈਣਾ ਚਾਹੀਦਾ ਉੱਥੇ ਅਜਿਹੇ ਵਿਅਕਤੀ ਦੀ ਸੋਚ ਨੀਤੀ ਤੇ ਉਹਦੇ ਸੇਵਾ ਖੇਤਰ ਦੇ ਅੰਦਰ ਨਿਭਾਏ ਜਾ ਚੁੱਕੇ ਤੇ ਨਿਭਾਏ ਜਾ ਰਹੇ ਕਾਰਜ ਕਰਮ ਬਾਰੇ ਸਾਨੂੰ ਡੂੰਘੀ ਖੋਜ ਵਿਚਾਰ ਕਰਨੀ ਚਾਹੀਦੀ ਹੈ ਕਿਉਂਕਿ ਇਸ ਤਰ੍ਹਾਂ ਕਰਨਾ ਸਾਡਾ ਫਰਜ਼ ਵੀ ਹੈ ਤੇ ਧਰਮ ਵੀ ਬਣਦਾ ਜੇ ਕੋਈ ਲੀਡਰ ਸੇਵਾ
ਘਾਲਣਾ ਤੇ ਕੁਰਬਾਨੀ ਦੇ ਖੇਤਰ ਚ ਸਾਧ ਸੰਗਤ ਜਾਂ ਸਰਬੱਤ ਖਾਲਸੇ ਦੀ ਕਸਵੱਟੀ ਤੇ ਪੂਰਾ ਉੱਪਰ ਪੂਰਿਆਂ ਉਤਰਦਾ ਦਿਖਾਈ ਨਹੀਂ ਦਿੰਦਾ ਤਾਂ ਉਸ ਹਾਲਤ ਚ ਉਸ ਵਿਅਕਤੀ ਨੂੰ ਉਸ ਪਦਵੀ ਲਈ ਨਹੀਂ ਚੁਣਨਾ ਚਾਹੀਦਾ ਤੇ ਜੇ ਚੁਣਿਆ ਹੋਇਆ ਹੋਵੇ ਤਾਂ ਉਸ ਨੂੰ ਉਸ ਪਦਵੀ ਤੋਂ ਹਟਾ ਦੇਣਾ ਚਾਹੀਦਾ, ਮੁਕਤ ਕਰ ਦੇਣਾ ਚਾਹੀਦਾ। ਸੋ ਇਹ ਸਾਡੇ ਸਾਹਮਣੇ ਰਾਹ ਆ। ਉਹ ਕਹਿੰਦੇ ਕਿ ਸਾਧ ਸੰਗਤ ਦੀ ਜਿਹੜੀ ਤਾਕਤ ਤੇ ਅਸਰ ਦਾ ਕੁੰਡਾ ਹਰ ਜਥੇਦਾਰ ਤੇ ਲੀਡਰ ਦੇ ਉੱਪਰ ਲਾਗੂ ਹੋਣਾ ਜ਼ਰੂਰੀ ਹੈ। ਕਿਸੇ ਵੀ ਪੰਥਕ ਲੀਡਰ ਨੂੰ ਇਹ ਜੁਰਤ ਤੇ ਦਲੇਰੀ ਨਹੀਂ ਹੋਣੀ ਚਾਹੀਦੀ ਕਿ ਉਹ ਪੰਥ ਨਾਲ ਧੋਖਾ, ਮਕਾਰੀ, ਫਰੇਬ ਤੇ ਵਿਸ਼ਵਾਸਘਾਤ ਵੀ ਕਮਾਉਂਦਾ ਫਿਰੇ ਤੇ ਪੰਥ ਅੰਦਰ ਹਿੱਕ ਚੌੜੀ ਕਰਕੇ ਹਿੱਕ ਕੱਢ ਕੇ ਥਾਂ ਥਾਂ ਦੇ ਉੱਪਰ ਵਿਚਰਦੇ ਸਮੇਂ ਅੱਖਾਂ ਵੀ ਵਿਖਾਉਂਦਾ ਫਿਰੇ। ਜਿਹੜਾ ਸਿਧਾਂਤ ਦਾ ਵਫ਼ਾਦਾਰ ਨਹੀਂ ਉਹ ਕੌਮ ਦਾ ਵਫ਼ਾਦਾਰ ਕਿਵੇਂ ਹੋਵੇਗਾ? ਸਾਧ ਸੰਗਤ ਜੀ, ਇਹ ਵਾਰ ਵਾਰ ਉਹਨਾਂ ਨੇ ਗੱਲ ਕੀਤੀ। ਉਹ ਕਹਿੰਦੇ ਕਿ ਮੇਰੀਆਂ ਇਹਨਾਂ ਸਾਫ਼ ਤੇ ਖਰੀਆਂ ਗੱਲਾਂ ਕਰਕੇ ਹੀ ਪੰਥ ਦੇ ਕੁਝ ਹਿੰਦੂ ਪੂਜ ਅਕਾਲੀ ਲੀਡਰ ਦਾਸ ਨੂੰ ਸਰਕਾਰ ਦਾ ਏਜੰਟ ਦੱਸਣ ਲੱਗ ਜਾਂਦੇ ਨੇ। ਅੱਜ ਕੱਲ੍ਹ ਤਾਂ ਇਹਨਾਂ ਲੀਡਰਾਂ ਵੱਲੋਂ ਇਹ ਪ੍ਰਚਾਰ ਵੀ ਬੜੇ ਜ਼ੋਰ ਸ਼ੋਰ ਨਾਲ ਕਰਵਾਇਆ ਜਾ ਰਿਹਾ ਕਿ ਭਿੰਡਰਾਂ ਵਾਲੇ ਨੇ ਅੱਜ ਤੱਕ ਪੰਥ ਲਈ ਆਪ ਕੀ ਕੀਤਾ। ਅਸੀਂ ਤਾਂ ਪੰਥ ਦੀ ਖਾਤਰ ਧਰਮ ਯੁੱਧ ਮੋਰਚੇ ਦੇ ਦੌਰਾਨ 2 ਲੱਖ ਤੋਂ ਉੱਤੇ ਸਿੱਖ ਜੇਲ੍ਹਾਂ 'ਚ ਭੇਜੇ ਨੇ, ਪਰ ਇਸ ਨੇ ਤਾਂ ਅਜੇ ਤੱਕ ਇੱਕ ਵੀ ਨਹੀਂ ਭਜਵਾਇਆ। ਸਾਡੇ ਤਾਂ ਇਸ ਮੋਰਚੇ ਦੌਰਾਨ 500 ਤੋਂ ਉੱਪਰ ਸਿੰਘ ਸ਼ਹੀਦ ਹੋ ਗਏ ਨੇ ਤੇ ਇਹ ਦੱਸੇ, ਭਿੰਡਰਾਂ ਵਾਲਾ ਦੱਸੇ ਕਿ ਇਹਦੇ ਜਥੇ ਦੇ ਕਿੰਨੇ ਸਿੰਘ ਸ਼ਹੀਦ ਹੋਏ ਨੇ। ਉਹ ਕਹਿੰਦੇ ਨੇ ਕਿ ਖਾਲਸਾ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਇਸ ਜਥੇ ਨੂੰ ਇਹ ਲੋਕ ਮੇਰਾ ਜਥਾ ਕਹਿੰਦੇ ਨੇ। ਇਹ ਜਥਾ ਮੇਰਾ ਨਹੀਂ, ਕਿਉਂਕਿ ਜਥੇ ਦੇ ਸਾਰੇ ਸਿੰਘ ਭਿੰਡਰਾਂ ਜਥੇ ਦੇ ਨੇ। ਮਹਿਤਾ ਚੌਕ ਦੇ ਟਕਸਾਲ ਦੇ ਸਿੰਘ ਨੇ, ਜਿਸ ਨੂੰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਸ਼ੀਰਵਾਦ ਦਿੱਤਾ ਹੋਇਆ। ਤੇ ਦਾਸ ਤਾਂ ਕਹਿੰਦੇ ਟਕਸਾਲ ਦਾ 14ਵੇਂ ਥਾਂ ਦੇ ਉੱਪਰ ਜਥੇ ਦੇ ਸਿੰਘਾਂ ਵੱਲੋਂ ਚੁਣਿਆ ਹੋਇਆ ਇੱਕ ਸੇਵਕ ਹੈ ਤੇ ਪੰਥ ਦੇ ਚਰਨਾਂ ਦੀ ਧੂੜ ਹੋਣ ਦੇ ਨਾਤੇ ਉਹ ਸੇਵਾ ਨਿਭਾ ਰਿਹਾ। ਜਿਸ ਸੇਵਾ ਨੂੰ ਨਿਭਾਉਣ ਦੀ ਜ਼ਿੰਮੇਵਾਰੀ ਸੱਚੇ ਪਾਤਸ਼ਾਹ ਦਸਮ ਪਿਤਾ ਮਹਾਰਾਜ ਨੇ ਟਕਸਾਲ ਨੂੰ ਸੌਂਪੀ ਸੀ। ਸਾਧ ਸੰਗਤ ਜੀ, ਇਹ ਲੀਡਰ ਕਹਿੰਦੇ ਨੇ ਕਿ ਭਿੰਡਰਾਂ ਵਾਲਾ ਪੰਥ ਲਈ ਕੀ ਕਰਦਾ? ਇਸ ਸਬੰਧ ਚ ਮੇਰਾ ਤਾਂ ਕਹਿੰਦੇ ਸਾਫ਼ ਤੇ ਸਪਸ਼ਟ ਕਹਿਣਾ ਕਿ ਦਾਸ ਤਾਂ ਗੁਰੂ ਘਰ ਦਾ ਕੂਕਰ ਤੇ ਗੁਰੂ ਪੰਥ ਦੇ ਚਰਨਾਂ ਦੀ ਧੂੜ ਹੋਣ ਦੇ ਨਾਤੇ ਉਹ ਕੁਝ ਹੀ ਕਰਦਾ ਜੋ ਇਸ ਨੂੰ ਗੁਰੂ ਘਰ ਦੀ ਮੋਹਰ ਸਦਕਾ ਟਕਸਾਲ ਵੱਲੋਂ ਜਿਹੜੀ ਹੈ ਸੌਂਪੀ ਗਈ ਸੇਵਾ ਤੇ ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਹੈ ਕਿ ਮੈਂ ਇਹ ਸੇਵਾ ਨਿਭਾ ਰਿਹਾ, ਨਹੀਂ ਤਾਂ ਮੈਂ ਇੰਨੇ ਜੋਗਾ ਹੈ ਹੀ ਨਹੀਂ। ਕਹਿੰਦੇ ਕਿ ਮੇਰਾ ਕੰਮ ਹੈ ਕਥਾ ਕਰਨੀ ਤੇ ਕਥਾ ਕਰਵਾਉਣੀ, ਸਿੰਘ ਸਜਾਉਣੇ ਤੇ ਸਿੱਖੀ ਦਾ ਪ੍ਰਚਾਰ ਕਰਨਾ, ਸਿੱਖ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਲਾਉਣਾ ਤੇ ਗੁਰੂ ਘਰ ਨਾਲੋਂ ਟੁੱਟੇ ਦੰਭੀਆਂ ਪਖੰਡੀਆਂ ਤੇ ਆਪੋ ਆਪਣੇ ਡੇਰਿਆਂ ਮੱਠਾਂ ਦੇ ਵਿੱਚ ਅਡੰਬਰ ਰਚਾ ਕੇ ਗੁਰੂ ਬਾਣੀ ਬੈਠੇ ਜਿਹੜੇ ਪੰਥ ਦੋਖੀ ਨੇ ਉਹ ਗੁਰੂ ਬਣੀ ਬੈਠੇ ਪੰਥ ਦੋਖੀਆਂ ਦੇ ਜਾਲ ਚ ਫਸਣ ਤੋਂ ਬਚਣ ਲਈ ਸੰਗਤਾਂ ਚ ਵਿਚਰਦਿਆਂ ਹੋਇਆ ਹੋਕਾ ਦੇਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਦਬ ਨੂੰ ਕਾਇਮ ਰੱਖਣਾ ਤੇ ਜਿਨ੍ਹਾਂ ਲੋਕਾਂ ਨੇ ਬੇਗੁਨਾਹ ਸਿੱਖਾਂ ਦੇ ਲਹੂ ਚੋਂ ਹੱਥ ਰੰਗੇ ਨੇ, ਸਾਡੀਆਂ ਧੀਆਂ ਭੈਣਾਂ ਤੇ ਮਾਈਆਂ ਬੀਬੀਆਂ ਦੀ ਇੱਜ਼ਤ ਪੱਤ ਨੂੰ ਹੱਥ ਪਾਇਆ ਤੇ ਜਿਨ੍ਹਾਂ ਲੋਕਾਂ ਨੇ ਸਿੱਖ ਕੌਮ ਦੇ ਹੱਕ ਖੋਹ ਰੱਖੇ ਨੇ ਉਨ੍ਹਾਂ ਲੋਕਾਂ ਨੂੰ ਸੋਧਣਾ ਤੇ ਪੰਥ ਦੇ ਹੱਕ ਲੈਣ ਲਈ ਸਿੰਘ ਤੇ ਸਿੱਖ ਨੌਜਵਾਨਾਂ ਨੂੰ ਇੱਕ ਲੜੀ ਦੇ ਵਿੱਚ ਪਰਾਉਣਾ ਤੇ ਜਥੇਬੰਦ ਕਰਨਾ, ਸਿੱਖ ਨੌਜਵਾਨਾਂ ਅੰਦਰ ਗੁਰੂ ਘਰ ਵੱਲੋਂ ਦੱਸੇ ਹੋਏ ਮਾਰਗ ਉੱਪਰ ਪੂਰਨ ਦ੍ਰਿੜਤਾ ਦੇ ਨਾਲ ਨਿਰੰਤਰ ਰੂਪ ਚ ਚੱਲਦੇ ਰਹਿਣ ਦੀ ਭਾਵਨਾ ਜਗਾਉਣੀ ਤੇ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਚ ਕੌਮ ਦੀ ਵਾਗਡੋਰ ਸੰਭਾਲਣ ਤੇ ਪੰਥ ਪ੍ਰਤੀ ਜ਼ਿੰਮੇਵਾਰੀਆਂ ਨੂੰ ਸਮਝਣ ਤੇ ਪ੍ਰਵਾਨ ਚੜਾਉਣ ਦੇ ਰਾਹ ਦੇ ਉੱਪਰ ਪਾਉਣਾ ਤੇ ਉਨ੍ਹਾਂ ਨੂੰ ਥਾਂ ਥਾਂ ਦੇ ਉੱਪਰ ਜਥੇਬੰਦ ਕਰਨਾ। ਸੋ ਨਾਲ ਹੀ ਪੰਥ ਤੇ ਹਾਵੀ ਹਿੰਦੂਆਂ ਵੱਲੋਂ ਪਾਈਆਂ ਹੋਈਆਂ ਤੇ ਕਸੀਆਂ ਜਾ ਰਹੀਆਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਲਈ ਮੈਦਾਨ ਚ ਉਤਰਨ ਤੇ ਖਾਲਸਾ ਜੀ ਦੀ ਸ਼ਾਨ ਨੂੰ ਕਾਇਮ ਰੱਖਣ ਲਈ ਪ੍ਰੇਰਣਾ ਦੇਣੀ, ਇਹ ਮੇਰਾ ਕੰਮ ਹੈ। ਕੇਸਰੀ ਨਿਸ਼ਾਨ ਸਾਹਿਬ ਦੀ ਛਤਰ ਛਾਇਆ ਦੇ ਥੱਲੇ ਪੰਥ ਦੇ ਬੋਲਬਾਲੇ ਕਾਇਮ ਕਰਨ ਲਈ ਉਨ੍ਹਾਂ ਨੂੰ ਗੁਰੂ ਵਾਲੇ ਬਣਾ ਕੇ ਕੌਮ ਦੀ ਆਜ਼ਾਦੀ ਵਾਸਤੇ ਜੁਝਾਰੂ ਤੇ ਆਪਣੇ ਸ਼ਹੀਦ ਪੁਰਖਿਆਂ ਦੇ ਰਾਹ ਦੇ ਉੱਪਰ ਚੱਲਣ ਲਈ ਜ਼ੋਰ ਦੇ ਕੇ ਕਹਿਣਾ ਤੇ ਬੇਨਤੀ ਰੂਪ ਚ ਵੀ ਕਹਿਣਾ ਗੁਰੂ ਘਰ ਚ ਧਰਮ ਦੀ ਰਾਖੀ ਤੇ ਪੰਥ ਦੀ ਚੜ੍ਹਦੀ ਕਲਾ ਲਈ ਆਪਣੇ ਪਰਿਵਾਰ ਸਮੇਤ ਪਰਿਵਾਰ ਵਾਸਤੇ ਮਨੋ ਚਿੱਤੋਂ ਹੋ ਕੇ ਸੱਚੀ ਸੇਵਾ ਤੇ ਸ਼ਹੀਦੀ ਦੀ ਦਾਤ ਮੰਗਣੀ ਤੇ ਪੰਥ ਜੀਵੇ ਅਸੀਂ ਮਰੀਏ ਦੀ ਭਾਵਨਾ ਨਾਲ ਮਨੋ ਤਨੋ ਜੁੜੇ ਹੋਏ ਜੁਝਾਰੂ ਸਿੰਘਾਂ ਦਾ ਡਟ ਕੇ ਸਾਥ ਦੇਣਾ ਤੇ ਖਾਲਸਾ ਪੰਥ ਦੀ ਇਸ ਜਨਮ ਭੂਮੀ ਨੂੰ ਜਿਉਂਦੇ ਸਵਰਗ ਦਾ ਰੂਪ ਦੇਣ ਦੇ ਮੰਤਵ ਦੇ ਨਾਲ ਪੰਥਕ ਆਜ਼ਾਦੀ ਦੇ ਘੋਲ ਨੂੰ ਤਿੱਖਿਆ ਕਰਨਾ ਤੇ ਲਗਾਤਾਰ ਸੰਘਰਸ਼ੀਲ ਰਹਿਣਾ ਤੇ ਖਾਲਸਾ ਪੰਥ ਦੀ ਜਨਮ ਭੂਮੀ ਪੰਜਾਬੀ ਸੂਬੇ ਤੇ ਇਸ ਨਾਲ ਹੋਰ ਲੱਗਦੇ ਸਿੱਖ ਇਲਾਕਿਆਂ ਤੋਂ ਹਿੰਦੂ ਰਾਜ ਦਾ ਗਲਬਾ ਤੇ ਕਬਜ਼ਾ ਖਤਮ ਕਰਨਾ ਤੇ ਆਪਣਾ ਹੱਕ ਵਾਪਸ ਲੈਣਾ। ਇਹ ਉਹਨਾਂ ਵੱਲੋਂ ਕਹੀਆਂ ਗੱਲਾਂ, ਇਹਨਾਂ ਦੇ ਭਾਵ ਅਸੀਂ ਆਪਾਂ ਹੁਣ ਸਮਝ ਸਕਦੇ ਹਾਂ ਬੜੇ ਸਹੀ ਤਰੀਕੇ ਨਾਲ। ਉਹ ਕਹਿੰਦੇ ਕਿ
ਜੇ ਇਹ ਸਾਰੇ ਕੰਮ ਕਿਸੇ ਕਾਂਗਰਸੀ ਤੇ ਭਾਰਤ ਸਰਕਾਰ ਦੇ ਏਜੰਟ ਦੇ ਹੋ ਸਕਦੇ ਨੇ ਤਾਂ ਤੁਸੀਂ ਮੈਨੂੰ ਕਾਂਗਰਸੀ ਕਹਿ ਦਿਓ। ਇਹ ਹੁਣ ਤੁਸੀਂ ਦੱਸਣਾ ਕਿ ਮੈਂ ਕੀ ਹਾਂ, ਕੌਣ ਆ, ਕੀ ਕਰਦਾ, ਕੀ ਕਮਾਉਣਾ ਤੇ ਕਿਸ ਦਾ ਏਜੰਟ ਆ। ਮੈਂ ਏਜੰਟ ਹਾਂ ਪਰ ਕਲਗੀਧਰ ਪਾਤਸ਼ਾਹ ਦਾ ਤੇ ਗੁਰੂ ਪੰਥ ਦਾ ਏਜੰਟ ਹਾਂ ਮੈਂ। ਉਹ ਕਹਿੰਦੇ ਹੁਣ ਇਸ ਗੱਲ ਦਾ ਵੀ ਨਿਰਣਾ ਕਰ ਲਈਏ ਕਿ ਧਰਮਯੁੱਧ ਮੋਰਚੇ ਚ ਕੁਰਬਾਨੀਆਂ ਤੇ ਸ਼ਹੀਦੀਆਂ ਕਿਹਨੇ ਦਿੱਤੀਆਂ ਨੇ। ਇਸ ਸਬੰਧ ਚ ਦਾਸ ਕਹਿੰਦੇ ਅਕਾਲੀ ਲੀਡਰਾਂ ਸਾਹਮਣੇ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ, ਉਹ ਇਹ ਹੈ ਕਿ ਜੇ ਜੇਲ੍ਹਾਂ ਚ ਗਿਆ ਤਾਂ ਪੰਥ ਤੇ ਜੇ ਕੁਰਬਾਨੀਆਂ ਕੀਤੀਆਂ ਤੇ ਸ਼ਹੀਦੀਆਂ ਦਿੱਤੀਆਂ ਤਾਂ ਪੰਥ ਨੇ ਦਿੱਤੀਆਂ। ਮੈਂ ਇਹਨਾਂ ਲੀਡਰਾਂ ਤੋਂ ਪੁੱਛਦਾ ਕਿ ਪੰਥ ਕਿਹਦਾ, ਇਹਨਾਂ ਲੀਡਰਾਂ ਦਾ ਕਿ ਗੁਰੂ ਨਾਨਕ ਜੋਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਾਜਿਆ ਨਵਾਜਿਆ। ਪੰਥ ਨੇ ਅੱਜ ਤੱਕ ਜੋ ਵੀ ਕੁਰਬਾਨੀਆਂ ਕੀਤੀਆਂ ਤੇ ਸ਼ਹੀਦੀਆਂ ਦਿੱਤੀਆਂ ਨੇ ਉਹ ਗੁਰੂ ਘਰ ਦੇ ਮਾਰਗ ਦੇ ਉੱਪਰ ਚੱਲਦਿਆਂ ਹੋਇਆਂ ਧਰਮ ਦੀ ਰਾਖੀ, ਪੰਥ ਦੀ ਚੜ੍ਹਦੀ ਕਲਾ ਤੇ ਖਾਲਸਾ ਜੀ ਦੇ ਬੋਲਬਾਲੇ ਕਾਇਮ ਕਰਨ ਲਈ ਦਿੱਤੀਆਂ ਨੇ। ਅੱਜ ਵੀ ਖਾਲਸਾ ਪੰਥ ਜਿਹੜੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦੇ ਰਿਹਾ ਉਹ ਕਿਸੇ ਲੀਡਰ ਜਾਂ ਬੰਦੇ ਦੇ ਮੁਖੜੇ ਨੂੰ ਨਹੀਂ ਤੇ ਜਾਂ ਉਹਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਤੇ ਮਿਸਣੀ ਤੌਰ ਤੇ ਉਸਨੂੰ ਵੇਖ ਸੁਣ ਕੇ ਨਹੀਂ ਦੇ ਰਿਹਾ ਕੁਰਬਾਨੀਆਂ, ਸਗੋਂ ਖਾਲਸਾ ਪੰਥ ਦੇ ਸਵੈਮਾਨ ਬੋਲਬਾਲੇ ਤੇ ਖਾਲਸਾ ਜੀ ਧਰਮ, ਸਮਾਜ ਤੇ ਰਾਜ ਦੇ ਖੇਤਰ ਚ ਤੇਜ ਤਪ ਨੂੰ ਕਾਇਮ ਰੱਖਣ ਲਈ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਪੂਰਤੀ ਲਈ ਦੇ ਰਿਹਾ ਕੁਰਬਾਨੀਆਂ ਸਿੱਖ। ਪਰ ਜੇ ਇਹ ਅਕਾਲੀ ਲੀਡਰ ਹੁਣ ਅਨੰਦਪੁਰ ਦੇ ਮਤੇ ਨੂੰ ਵਿਚਕਾਰੇ ਛੱਡ ਕੇ ਟੋਪੀ ਵਾਲਿਆਂ ਦੀ ਸਰਕਾਰ ਨਾਲ ਕੋਈ ਝੂਠਾ ਸਮਝੌਤਾ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਮੇਰਾ ਇਸ ਗੱਲ ਦੇ ਵਿੱਚ ਪੱਕਾ ਵਿਸ਼ਵਾਸ ਹੈ ਕਿ ਖਾਲਸਾ ਪੰਥ ਇਹਨਾਂ ਨੂੰ ਇਸ ਵਾਰੀ ਬਖਸ਼ੇਗਾ ਨਹੀਂ। ਇਹ ਗੱਲ 1984 ਦੇ ਵਿੱਚ ਕੀਤੀ ਉਹਨਾਂ ਨੇ ਜੂਨ ਦੇ ਵਿੱਚ, ਸਮਝੌਤਾ 1985 ਚ ਹੁੰਦਾ ਤੇ ਅਸੀਂ ਦੇਖਦੇ ਹਾਂ ਕਿ ਲੌਂਗੋਵਾਲ ਦਾ ਹਾਲ ਬਾਤ ਦੇ ਵਿੱਚ ਕੀ ਹੁੰਦਾ। ਤਾਂ ਉਹ ਵਾਰ ਵਾਰ ਇਹ ਕਹਿੰਦੇ ਨੇ, ਵਾਰ ਵਾਰ ਉਹਨਾਂ ਨੇ ਇਹ ਗੱਲ ਦੁਹਰਾਈ, ਸਪਸ਼ਟ ਕੀਤੀ ਕਿ ਇਸ ਵਾਰੀ ਛਲ ਫਰੇਬ ਵਾਲੇ ਝੂਠੇ ਸਮਝੌਤੇ ਨਹੀਂ ਕਰਨੇ ਤੇ ਨਾ ਇਹਨਾਂ ਨੂੰ ਦਿੱਲੀ ਦਰਬਾਰ ਅੱਗੇ ਨੱਕ ਰਗੜਨ ਦੇਣੇ। ਉਹ ਕਹਿੰਦੇ ਨੇ ਕਿ ਆਪਾਂ ਜ਼ਰਾ ਇਸ ਗੱਲ ਦਾ ਨਿਰਣਾ ਕਰ ਲਈਏ ਕਿ ਕਾਂਗਰਸ ਏਜੰਟ ਤੇ ਹਿੰਦੂ ਸਾਮਰਾਜ ਦੇ ਚਹੇਤੇ ਤੇ ਪਿੱਠੂ ਕੌਣ ਨੇ ਤੇ ਉਹਨਾਂ ਦਾ ਅਸਲ ਰੂਪ ਕਿਹਨਾਂ ਗੱਲਾਂ ਤੋਂ ਪਛਾਣਿਆ ਜਾਂਦਾ। ਸਾਰੀ ਕੌਮ ਦੇ ਸਾਹਮਣੇ ਇਹ ਗੱਲ ਸਪਸ਼ਟ ਹੈ, ਕਹਿੰਦੇ ਕਿ ਦਰਬਾਰੀ ਲਾਲ, ਦਰਬਾਰਾ ਸਿੰਘ ਨੂੰ ਦਰਬਾਰੀ ਲਾਲ ਕਹਿੰਦੇ ਸੀ ਤੇ ਉਹਦੇ ਦੋਵੇਂ ਹੱਥ ਭਰਮੇ ਰੂਪ ਦੇ ਵਿੱਚ ਸਿੱਖ ਨੌਜਵਾਨਾਂ ਤੇ ਅੰਮ੍ਰਿਤਧਾਰੀ ਸਿੰਘਾਂ ਦੇ ਲਹੂ ਚ ਰੰਗੇ ਹੋਏ ਨੇ। ਸਿੱਖ ਕੌਮ ਦੇ ਸਾਹਮਣੇ ਇਹ ਗੱਲ ਵੀ ਸਪਸ਼ਟ ਹੈ ਕਿ ਉਹਨੇ ਭਾਰਤ ਦੀ ਸੈਂਟਰ ਸਰਕਾਰ ਤੇ ਉਹਦੀ ਜਿਹੜੀ ਕੁਰਸੀ ਤੇ ਬੈਠੀ ਹੈ ਇੰਦਰਾ ਗਾਂਧੀ, ਉਹਦੇ ਨਾਲ ਇਹ ਵਾਅਦਾ ਕੀਤਾ ਹੋਇਆ ਕਿ ਉਹ ਸਿੱਖਾਂ ਦੀ ਸੋਚ ਤੇ ਜ਼ਿੰਦਗੀ ਚੋਂ ਧਰਮ ਤੇ ਰਾਜਨੀਤੀ ਵਿਚਲੀ ਸਾਂਝ ਦੇ ਸੰਕਲਪ ਨੂੰ ਕਹਿੰਦੇ ਬਿਲਕੁਲ ਤਹਿਸ ਨਹਿਸ ਕਰਕੇ ਰੱਖ ਦੂਗਾ। ਕੋਈ ਸਿੱਖ ਖਾਲਸਾ ਜੀ ਦੇ ਬੋਲਬਾਲੇ ਦੀ ਗੱਲ ਕਰਨ ਦੀ ਦਲੇਰੀ ਨਹੀਂ ਕਰ ਸਕੇਗਾ, ਕਿਸੇ ਵੀ ਸਿੱਖ ਜਥੇਬੰਦੀ ਨੂੰ ਰਾਜ ਕਰੇਗਾ ਖਾਲਸਾ ਤੇ ਸਿੱਖ ਇੱਕ ਵੱਖਰੀ ਕੌਮ ਦਾ ਨਾਰਾ ਨਹੀਂ ਲਾਉਣ ਦੇਵੇਗਾ ਤੇ ਖਾਲਿਸਤਾਨ ਜ਼ਿੰਦਾਬਾਦ ਕਹਿਣ ਵਾਲਿਆਂ ਨੂੰ ਕੁਚਲ ਕੇ ਤੇ ਮਲੀਆ ਮੇਟ ਕਰਕੇ ਰੱਖ ਦੂਗਾ। ਮਰਦਾ ਮਰ ਜਾਵਾਂਗਾ ਪਰ ਅਨੰਦਪੁਰ ਮਤੇ ਦੀ ਪੂਰਤੀ ਨਹੀਂ ਹੋਣ ਦੇਵਾਂਗਾ, ਇਹ ਕਹਿੰਦੇ ਇਹਨਾਂ ਲੋਕਾਂ ਨੇ, ਦਰਬਾਰਾ ਸਿੰਘ ਨੇ, ਦਰਬਾਰਾ ਸਿੰਘ ਦੀ ਗੱਲ ਕਰਦੇ ਨੇ ਉਹ, ਇਹਨਾਂ ਨੇ ਸਹੁੰ ਖਾਧੀ ਸੀ ਬੀਬੀ ਕੋਲ ਜਾ ਕੇ, ਬੀਬੀ ਦੀ ਕੁੱਛ ਚ ਜਾ ਕੇ। ਜਿਹੜਾ ਵੀ ਕੋਈ ਸਿੱਖ ਹਥਿਆਰ ਰੱਖਣ ਜਾਂ ਹਥਿਆਰ ਜਮ੍ਹਾਂ ਕਰਨ ਦੀ ਗੱਲ ਕਰਦਾ ਹੈ ਇਹ ਉਹਦੇ ਸੀਰਮੇ ਪੀਣ ਤੱਕ ਜਾਂਦੇ ਨੇ ਤੇ ਉਹਦੇ ਖਾਨਦਾਨ ਤੇ ਪੀੜ੍ਹੀਆਂ ਤੱਕ ਨੂੰ ਸਬਕ ਸਿਖਾਉਣ ਦੀ ਗੱਲ ਕਰਦੇ ਨੇ ਤੇ ਕੀਤੀ ਹੈ ਇਹਨਾਂ ਨੇ ਏਦਾਂ ਦੀ ਗੱਲ। ਉਸ ਤੋਂ ਬਾਅਦ ਜਦੋਂ ਓਪਰੇਸ਼ਨ ਵੁੱਡਰੋਜ਼ ਦੇ ਨਾਂ ਦੇ ਥੱਲੇ ਕਤਲੇਆਮ ਕਰਦੇ ਨੇ ਤਾਂ ਉਸ ਦੇ ਵਿੱਚ ਅਜਿਹਾ ਕੀਤਾ ਇਹਨਾਂ ਨੇ, ਘਰਾਂ ਦੇ ਘਰ ਖਤਮ ਕਰ ਦਿੱਤੇ। ਪੂਰਵ ਅਨੁਮਾਨ ਲਾ ਕੇ ਉਹਨਾਂ ਨੂੰ ਸਾਰਾ ਕੁਝ ਪਤਾ ਸੀ ਤੇ ਸਾਨੂੰ ਉਹ ਸਮਝਾ ਰਹੇ ਨੇ, ਸਾਨੂੰ ਉਹ ਜਾਂਚ ਦੱਸ ਰਹੇ ਨੇ ਜੀਵਨ ਦੀ ਕਿ ਕੌਮ ਦਾ ਰਾਹ ਕਿਵੇਂ ਬਣ ਸਕਦਾ ਤੇ ਕੌਮ ਸਹੀ ਰਾਹ ਤੇ ਚੱਲਦਿਆਂ ਹੋਇਆਂ ਚੜ੍ਹਦੀ ਕਲਾ ਚ ਕਿਵੇਂ ਜਾ ਸਕਦੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਅਦਬ ਤੇ ਸਤਿਕਾਰ ਦੀ ਗੱਲ ਆ ਉਹ ਸਿਰੇ ਕਿਵੇਂ ਚੜ੍ਹ ਸਕਦੀ ਹੈ। ਵਾਰ ਵਾਰ ਉਹਨਾਂ ਨੇ ਇਹ ਗੱਲਾਂ ਕਹੀਆਂ, ਪੂਰਾ ਸਾਨੂੰ ਜੇਕਰ ਅਸੀਂ ਉਹਨਾਂ ਦੇ ਦੱਸੇ ਹੋਏ ਜਿਹੜੇ ਸ਼ਬਦ ਨੇ ਜੋ ਵੀ ਉਹਨਾਂ ਨੇ ਗੁਰੂ ਰਾਮਦਾਸ ਲੰਗਰ ਦੀ ਇਮਾਰਤ ਤੇ ਕਹੇ, ਉਸ ਦਿਨ ਸਭ ਤੋਂ ਲੰਮਾ ਉਹਨਾਂ ਨੇ ਭਾਸ਼ਣ ਦਿੱਤਾ 1 ਜੂਨ ਨੂੰ। ਉਹ ਕਹਿੰਦੇ ਨੇ ਕਿ ਵੱਖ ਵੱਖ ਜਿਹੜੇ ਲੀਡਰ ਨੇ ਉਹਨਾਂ ਦਾ ਉਹਨਾਂ ਨੇ ਬਿਨਾਂ ਨਾਮ ਲਿਆ ਉਹਨਾਂ ਦਾ ਪਾਜ ਉਘੇੜਿਆ। 1 ਜੂਨ ਦੇ ਦਿਨ ਉਹਨਾਂ ਨੇ ਜੋ ਵੀ ਉਹਨਾਂ ਦੇ ਮਨ ਵਿੱਚ ਸੀ ਗੱਲ ਉਹ ਸਾਰੀਆਂ ਗੱਲਾਂ ਕੀਤੀਆਂ, ਹਰ ਇੱਕ ਲੀਡਰ ਬਾਰੇ, ਸਿਧਾਂਤ ਬਾਰੇ, ਅਕਾਲ ਤਖ਼ਤ ਦੇ ਜਥੇਦਾਰ ਬਾਰੇ, ਸਰਬੱਤ ਖਾਲਸਾ ਬਾਰੇ, ਸਿੱਖ ਕੌਮ ਦੇ ਸੰਘਰਸ਼ ਬਾਰੇ, ਜਿਹੜੇ ਸਿੱਖ ਕੌਮ ਨੂੰ ਢਾਹ ਲਾ ਰਹੇ ਨੇ, ਗ੍ਰੰਥੀ ਸਿੰਘਾਂ ਬਾਰੇ, ਸਾਡੇ ਰੋਜ਼ਮਰਾ ਦੀ ਜ਼ਿੰਦਗੀ ਜਿਹੜਾ ਲਾਈਫ ਸਟਾਈਲ ਆ ਸਿੱਖੀ ਦਾ ਉਹਦੇ ਬਾਰੇ ਵੀ ਉਹਨਾਂ ਨੇ ਗੱਲ ਕੀਤੀ 1 ਜੂਨ ਨੂੰ।
ਸਮਾਂ ਨਹੀਂ ਕਦੇ ਗੱਲ ਚੱਲੇਗੀ ਤਾਂ ਆਪਾਂ ਗੱਲ ਕਰਾਂਗੇ ਉਸ ਵਿਸ਼ੇ ਦੇ ਉੱਤੇ। ਹਰ ਇੱਕ ਵਿਸ਼ੇ ਦੇ ਉੱਤੇ ਉਹਨਾਂ ਨੇ 1 ਜੂਨ ਨੂੰ ਜਿਹੜੀ ਸੰਗਤ ਬੈਠੀ ਸੀ ਉਹਨਾਂ ਦੇ ਕੋਲ, ਉਹ ਸੰਗਤ ਨੂੰ ਉਹਨਾਂ ਨੇ ਤਿਆਰ ਕੀਤਾ। ਜੇ ਕਿਤੇ ਕੋਈ ਉਸ ਸੰਗਤ ਦੇ ਵਿੱਚੋਂ ਪਤਾ ਨਹੀਂ ਹੈਗਾ ਕਿੰਨਾ ਕਸਰ ਹੋਏਗਾ ਜਾਂ ਉਸਨੇ ਬਾਅਦ ਦੇ ਵਿੱਚ ਕਿੰਨੀ ਕੁ ਕੁਰਬਾਨੀ ਕੀਤੀ ਉਹਨਾਂ ਦੇ ਭਾਸ਼ਣ ਨੂੰ ਸੁਣ ਕੇ, ਜਾਂ ਕਿੰਨਾ ਕੁ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਕੌਮ ਦੀ ਆਜ਼ਾਦੀ ਦੇ ਲਈ, ਜਾਂ ਜਿਸ ਤਰੀਕੇ ਨਾਲ ਵੀ ਕੋਈ ਕਿੰਨਾ ਕੁ ਅਸਰ ਹੋਇਆ ਉਹਨਾਂ ਗੱਲਾਂ ਦਾ, ਅਸੀਂ ਕਹਿ ਨਹੀਂ ਸਕਦੇ ਕਿਉਂਕਿ ਸਾਡੇ ਕੋਲ ਕੋਈ ਤੱਥ ਨਹੀਂ ਹੈਗੇ, ਅੰਕੜੇ ਨਹੀਂ ਹੈਗੇ ਉਸ ਬਾਰੇ ਕਿ ਉਹ ਅੰਕੜਿਆਂ ਦੇ ਨਾਲ ਉਸ ਪੈਰਾਮੀਟਰ ਦੇ ਨਾਲ ਅਸੀਂ ਨਾਪ ਸਕੀਏ ਕਿ ਉਹਦਾ ਅਸਰ ਕੀ ਹੋਇਆ, ਪਰ ਉਹਨਾਂ ਨੇ ਹਰ ਗੱਲ ਕੀਤੀ ਉੱਥੇ। ਸੋ ਇੱਥੇ ਇਹਨਾਂ ਗੱਲਾਂ ਕਰਨ ਦਾ ਇਹ ਮਕਸਦ ਹੈ ਕਿ ਸਾਨੂੰ ਉਹਨਾਂ ਦੇ ਬਾਰੇ ਪਤਾ ਲੱਗੇ ਕਿ ਉਹਨਾਂ ਦੇ ਦਿਮਾਗ ਦੇ ਵਿੱਚ, ਜ਼ਿਹਨ ਦੇ ਵਿੱਚ ਕੀ ਚੱਲ ਰਿਹਾ ਸੀ। ਬਹੁਤ ਸਾਰੇ ਸਾਡੇ, ਮੈਂ ਵਾਰ ਵਾਰ ਇਹ ਗੱਲ ਕਹਿੰਦਾ ਕਿ ਇੰਨੀ ਵੱਡੀ ਕੁਰਬਾਨੀ ਦੇ ਬਾਵਜੂਦ ਅਸੀਂ ਉਸ ਇਤਿਹਾਸ ਨੂੰ, ਉਹਨਾਂ ਦੇ ਜੀਵਨ ਨੂੰ ਇੱਕ ਲੜੀ ਚ ਪਰੋ ਕੇ ਸੰਗਤ ਦੇ ਸਾਹਮਣੇ ਨਹੀਂ ਰੱਖ ਸਕੇ, ਕੌਮ ਦੇ ਸਾਹਮਣੇ ਨਹੀਂ ਰੱਖ ਸਕੇ ਹਾਲੇ ਤੱਕ। ਕਿ ਜਦੋਂ ਉਹਨਾਂ ਦਾ ਜਨਮ ਹੋਇਆ ਮਾਹੌਲ ਕਿਸ ਤਰ੍ਹਾਂ ਦਾ ਸੀ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ, ਜਦੋਂ ਉਹ ਸਕੂਲ ਪੜ੍ਹਨ ਲਈ ਦਾਖਲ ਹੋਏ ਸਕੂਲ ਦੇ ਵਿੱਚ, ਉਸ ਵੇਲੇ ਮਾਹੌਲ ਕਿਸ ਤਰ੍ਹਾਂ ਦਾ ਸੀ, ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਸੀ, ਫਿਰ ਉਸ ਤੋਂ ਬਾਅਦ ਪੰਜਾਬ ਦੇ ਮਾਹੌਲ ਨੇ ਕਿਵੇਂ ਕਰਵਟ ਲੈਣੀ ਸ਼ੁਰੂ ਕੀਤੀ, ਫਿਰ ਹਿੰਦੂ ਪੰਥੀਆਂ ਨੇ, ਕੱਟੜਵਾਦੀਆਂ ਨੇ, ਹਿੰਦੂਆਂ ਨੇ ਕਿਸ ਤਰੀਕੇ ਨਾਲ ਸਿੱਖੀ ਨੂੰ ਖਤਮ ਕਰਨ ਦੀਆਂ ਚਾਲਾਂ ਚੱਲੀਆਂ, ਫਿਰ ਉਹ ਟਕਸਾਲ ਦੇ ਵਿੱਚ ਕਿਵੇਂ ਜਾਂਦੇ ਨੇ, ਫਿਰ ਉਹ ਕਿਸ ਤਰੀਕੇ ਦੀ ਸਿੱਖਿਆ ਗ੍ਰਹਿਣ ਕਰਦੇ ਨੇ, ਟਕਸਾਲ ਦੇ ਵਿੱਚ ਸਿੰਘਾਂ ਨਾਲ ਕਿਵੇਂ ਵਰਤ ਵਿਹਾਰ ਸੀ ਉਹਨਾਂ ਦਾ, ਤੇ ਕਿਸ ਤਰੀਕੇ ਨਾਲ ਉਹ ਜਿਹੜੀਆਂ ਘਟਨਾਵਾਂ ਹੁੰਦੀਆਂ ਸਨ ਉਹਨਾਂ ਨੂੰ, ਉਹਨਾਂ ਤੇ ਵਿਚਾਰ ਚਰਚਾ ਕਰਦੇ ਸਨ, ਕਿਸ ਤਰੀਕੇ ਨਾਲ ਉਹ ਅੱਗੇ ਉਹਨਾਂ ਦਾ ਜੀਵਨ ਪੰਥ ਅੱਗੇ ਚੱਲਦਾ। ਤਾਂ ਸਿਆਸੀ ਗੱਲਾਂ ਨੂੰ ਜਿਹੜੀਆਂ ਭਾਰਤ ਦੇ ਵਿੱਚ ਹੁੰਦੀਆਂ ਸਨ ਉਹਨਾਂ ਦੇ ਉੱਤੇ ਕਿਸ ਤਰੀਕੇ ਨਾਲ ਵਿਚਾਰ ਕਰਦੇ ਸੀ, ਤੇ ਉਹਨਾਂ ਨੂੰ ਪਤਾ ਕਿੱਥੋਂ ਲੱਗਿਆ ਇਹ ਸਾਰਾ ਕੁਛ, ਇੰਨੀ ਨੌਲੇਜ, ਇੰਨਾ ਗਿਆਨ ਕਿੱਥੋਂ ਹੋਇਆ ਸਿਆਸਤ ਬਾਰੇ। ਤੇ ਵੱਖ ਵੱਖ ਸਮੇਂ ਦੇ ਉੱਤੇ ਸਿਆਸੀ ਲੀਡਰਾਂ ਵੱਲੋਂ ਜੋ ਸਿੱਖਾਂ ਦੇ ਨਾਲ ਧੋਖਾ ਫਰੇਬ ਕੀਤਾ ਗਿਆ, ਇਹ ਸਾਰੀਆਂ ਗੱਲਾਂ ਲਿਖਣੀਆਂ ਬਣਦੀਆਂ ਨੇ, ਇੱਕ ਲੜੀ ਦੇ ਵਿੱਚ ਪਰੋਣੀਆਂ ਬਣਦੀਆਂ ਨੇ। ਦਾਸ ਵੱਲੋਂ ਕੋਸ਼ਿਸ਼ ਕੀਤੀ ਜਾਏਗੀ, ਜੇ ਕਿਤੇ ਸਮਾਂ ਬਣਿਆ ਜਾਂ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਤਾਂ ਇਸ ਦੇ ਬਾਰੇ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਉਹ ਬੋਲ ਰਹੇ ਨੇ, 1 ਜੂਨ ਦਾ ਦਿਨ ਹੈ ਤੇ ਬੋਲ ਰਹੇ ਨੇ, ਲਗਾਤਾਰ ਬੋਲ ਰਹੇ ਨੇ। ਉਹ ਕਹਿੰਦੇ ਨੇ ਕਿ ਇਹ ਜਥੇ ਦੇ ਸਿੰਘਾਂ ਦਾ ਸਬਰ, ਸੰਤੋਖ ਤੇ ਪੰਥ ਨਾਲ ਪਿਆਰ ਸੀ ਕਿ ਉਹਨਾਂ ਨੇ ਦਾਸ ਦੀ ਬੇਨਤੀ ਤੇ ਸੁਰਿੰਦਰ ਸਿੰਘ ਸੋਢੀ ਦੇ ਕਤਲ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵੱਲ ਮੂੰਹ ਨਹੀਂ ਸੀ ਕੀਤਾ ਹੈਗਾ। ਗੁਰਚਰਨ ਸਕੱਤਰ ਸੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸਕੱਤਰ ਨੇ, ਤੇ 4 ਜਣਿਆਂ ਨੂੰ ਕਤਲ ਕਰਨ ਦੀ ਸਾਜਿਸ਼ ਬਣਾਈ ਸੀ, ਤੇ ਇਸ ਸਿਲਸਿਲੇ 'ਚ ਉਹਨੇ ਸਰਕਾਰ ਪਾਸੋਂ 1,00,000 ਰੁਪਏ ਪੇਸ਼ਗੀ ਵਜੋਂ ਲਏ ਸਨ। ਸਾਧ ਸੰਗਤ ਜੀ ਕਹਿੰਦੇ ਜਿਨ੍ਹਾਂ ਨੂੰ ਕਤਲ ਕੀਤਾ ਜਾਣਾ ਸੀ ਉਹਨਾਂ 'ਚ ਸਭ ਤੋਂ ਪਹਿਲਾਂ ਨਾਮ ਦਾਸ ਦਾ ਸੀ, ਤੇ ਬਾਕੀ ਦੇ ਨਾਮ ਸਨ ਸੁਰਿੰਦਰ ਸਿੰਘ ਸੋਢੀ, ਸਵਰਨ ਸਿੰਘ ਜੋ ਦਾਸ ਦਾ ਭਤੀਜਾ, ਤੇ ਡਰਾਈਵਰ ਬਿੰਦਰ ਸਿੰਘ। ਸੁਰਿੰਦਰ ਸਿੰਘ ਸੋਢੀ ਤਾਂ ਸ਼ਹੀਦ ਕਰ ਦਿੱਤਾ ਗਿਆ, ਪੰਥ ਦੀ ਚੜ੍ਹਦੀ ਕਲਾ ਲਈ ਸਦਾ ਲਈ ਤਿਆਰ ਪਰ ਤਿਆਰ ਰਹਿਣ ਤੇ ਸੀਸ ਦੇਣ ਦੇ ਰਾਹ ਤੇ ਤੁਰਨ ਵਾਲਾ ਜੁਝਾਰੂ ਸਿੰਘ ਸੀ ਉਹ। ਤੁਸੀਂ ਜੇ ਇਸ ਵੇਲੇ ਚਾਹੋ ਤਾਂ ਆਪ ਜਾ ਕੇ ਵੇਖ ਸਕਦੇ ਹੋ ਕਿ ਗੁਰਚਰਨ ਸਕੱਤਰ ਜਿਹਨੇ ਸੋਢੀ ਨੂੰ ਸ਼ਹੀਦ ਕੀਤਾ ਕਰਵਾਇਆ, ਤੇ ਮੈਨੂੰ ਤੇ ਦੂਸਰੇ ਸਿੰਘਾਂ ਨੂੰ ਕਤਲ ਕਰਨ ਲਈ ਸਰਕਾਰ ਨਾਲ ਮਿਲ ਕੇ ਸਾਜਿਸ਼ ਰਚੀ ਸੀ, ਬਣਾਈ ਸੀ, ਉਹ ਅੱਜ ਵੀ ਲੌਂਗੋਵਾਲ ਦੇ ਕੋਲ ਸਮੁੰਦਰੀ ਹਾਲ ਚ ਬੈਠਾ। ਹੁਣ ਇਸ ਸਾਜਿਸ਼ ਦੀ ਤਸਵੀਰ ਤੁਹਾਡੇ ਸਾਹਮਣੇ ਹੈ, ਤੇ ਇਸ ਗੱਲ ਦਾ ਨਿਰਣਾ ਤੁਸੀਂ ਆਪ ਕਰ ਸਕਦੇ ਹੋ ਕਿ ਇਹਨਾਂ ਅਕਾਲੀ ਲੀਡਰਾਂ ਦੇ ਮਨਾਂ ਚ ਕੀ ਹੈ, ਤੇ ਆਪਣੇ ਜਾਤੀ ਹਿੱਤਾਂ ਦੇ ਸਵਾਰਥਾਂ ਦੀ ਖਾਤਰ ਤੇ ਆਪਣੀਆਂ ਕਮਜ਼ੋਰੀਆਂ ਦੇ ਕਾਰਨ ਧਰਮੀ ਉਤ ਮੋਰਚੇ ਨੂੰ ਸਿਖਰ ਤੇ ਲੈ ਜਾਣ ਤੋਂ ਬਾਅਦ ਠੱਪ ਕਰਕੇ ਆਨੰਦਪੁਰ ਸਾਹਿਬ ਦੇ ਮਤੇ ਦੀ ਥਾਂ ਤੇ ਬੌੜੀਆਂ ਜਿਹੜੀਆਂ ਬਹੁਤ ਮੰਗਾਂ ਦੇ ਆਧਾਰ ਤੇ ਸਰਕਾਰ ਨਾਲ ਸਮਝੌਤਾ ਕਰਨ ਦੀ ਖਾਤਰ ਦਾਸ ਨੂੰ ਆਪਣੇ ਰਸਤੇ ਚੋਂ ਹਟਾਉਣ ਲਈ ਕਿੱਥੋਂ ਤੱਕ ਜਾ ਸਕਦੇ ਨੇ, ਇਹ ਹੁਣ ਤੁਸੀਂ ਸੋਚੋ। ਹਰਚੰਦ ਸਿੰਘ ਲੌਂਗੋਵਾਲ ਨੇ ਜੋ ਸੋਢੀ ਦੇ ਕਾਤਲ ਗੁਰਚਰਨ ਸਕੱਤਰ ਨੂੰ ਆਪਣੇ ਕੋਲ ਪਨਾਹ ਦੇ ਕੇ ਅਸੂਲ ਤੇ ਇਖਲਾਕ ਤੋਂ ਗਿਰੀ ਹੋਈ ਗੱਲ ਕੀਤੀ ਹੈ ਉਹਨੂੰ ਨੀਚਤਾ ਦੀ ਸਿਖਰ ਕਿਹਾ ਜਾ ਸਕਦਾ। ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤੇ ਧਰਮੀ ਯੁੱਧ ਮੋਰਚੇ ਦਾ ਡਿਕਟੇਟਰ ਹੁੰਦਿਆਂ ਹੋਇਆ ਵੀ ਇਹ ਵਿਅਕਤੀ ਸਿੱਖ ਕੌਮ ਦੇ ਸੰਕਲਪਾਂ, ਟੀਚਿਆਂ ਤੇ ਇਰਾਦਿਆਂ ਦਾ ਘਾਤ ਕਰਨ ਦੀ ਖਾਤਰ ਇਸ ਤਰ੍ਹਾਂ ਦੀਆਂ ਗੱਲਾਂ ਤੇ ਸਾਜਿਸ਼ਾਂ ਕਰਕੇ ਪੰਥ ਦੀ ਚੜ੍ਹਦੀ ਕਲਾ ਤੇ ਆਜ਼ਾਦੀ ਲਈ ਵਚਨਬੱਧ ਜੁਝਾਰੂ ਸਿੰਘਾਂ ਦੀ ਛਾਤੀ ਦੇ ਉੱਪਰ ਮੂੰਗ ਤਲ ਰਿਹਾ ਤੇ ਛਾਤੀ ਦੇ ਉੱਪਰ ਦੀਵਾ ਬਾਲ ਰਿਹਾ। ਇੱਕ ਪਾਸੇ ਤਾਂ ਪੰਥ ਦਾ ਸ਼ੇਰ ਵਰਗਾ ਜਵਾਨ ਸਿੰਘ ਸ਼ਹੀਦ ਕਰਵਾਤਾ, ਤੇ ਦੂਜੇ ਪਾਸੇ ਆਪਣੇ ਚਹੇਤੇ ਗੁਰਚਰਨ ਸਿੰਘ ਨੂੰ
ਇਹ ਸਾਰੀ ਸਾਜਿਸ਼ ਦਾ ਕਰਤਾ ਧਰਤਾ ਜਿਹੜਾ ਉਹਨੂੰ ਆਪਣੀ ਬੁੱਕਲ ਚ ਲੁਕੋ ਰੱਖਿਆ। ਇੱਕ ਪਾਸੇ ਤਾਂ ਇਹ ਲੋਕ ਇਸ ਤਰ੍ਹਾਂ ਦੀਆਂ ਘਾਤਕ ਕਾਰਵਾਈਆਂ ਕਰ ਰਹੇ ਨੇ ਤੇ ਦੂਜੇ ਪਾਸੇ ਮੈਨੂੰ ਚੁੱਪ ਰਹਿਣ ਦੀ ਤੇ ਏਕਤਾ ਕਰ ਲੈਣ ਦੀ ਗੱਲ ਕਰ ਰਹੇ ਨੇ, ਉਪਦੇਸ਼ ਦੇ ਰਹੇ ਨੇ, ਮੈਨੂੰ ਖੱਬਿਓ ਸੱਜਿਓ ਸੁਨੇਹੇ ਭੇਜ ਰਹੇ ਨੇ। ਦਾਸ ਨੂੰ ਦੂਰ ਦੇ ਇਲਾਕਿਆਂ ਦੇ ਸਿੰਘਾਂ ਤੋਂ ਕਹਾਇਆ ਜਾ ਰਿਹਾ ਕਿ ਮੈਂ ਅਕਾਲੀ ਲੀਡਰਾਂ ਨਾਲ ਏਕਤਾ ਰੱਖਾਂ ਤੇ ਇਹਨਾਂ ਬਾਰੇ ਕੁਝ ਨਾ ਕਹਾਂ ਤੇ ਕੁਝ ਨਾ ਬੋਲਾਂ। ਪਰ ਖਾਲਸਾ ਜੀ, ਤੁਸੀਂ ਆਪ ਹੀ ਦੱਸੋ, ਐਸੇ ਹਾਲਾਤ 'ਚ ਮੈਨੂੰ ਇਹਨਾਂ ਦੇ ਪਾਪਾਂ ਤੇ ਗੁਨਾਹਾਂ ਤੋਂ ਗੁਨਾਹਾਂ ਨੂੰ ਲੁਕਾਉਣਾ ਚਾਹੀਦਾ ਜਾਂ ਕੌਮ ਦੇ ਅੱਗੇ ਗੱਲ ਕਰਨੀ ਚਾਹੀਦੀ ਹੈ? ਕੀ ਇਹਨਾਂ ਆਗੂਆਂ ਦੀ ਭਾਰਤ ਸਰਕਾਰ ਨਾਲ ਮਿਲੀ ਭੁਗਤ ਤੇ ਪੰਥ ਘਾਤਕ ਨੀਤੀਆਂ ਤੇ ਸੋਚਾਂ ਨੂੰ ਪ੍ਰਵਾਨ ਚੜ੍ਹਨ ਦੇਣ ਤੋਂ ਰੋਕਣ ਦੀ ਗੱਲ ਨਹੀਂ ਹੈਗੀ? ਕੀ ਇਹਨਾਂ ਵੱਲੋਂ ਪੰਥ ਦੀਆਂ ਆਸਾਂ ਉਮੀਦਾਂ ਨੂੰ ਰੋਲ ਕੇ ਰੱਖ ਦੇਣ ਵਾਲੇ ਘਾਤਕ ਫੈਸਲਿਆਂ ਤੇ ਇਰਾਦਿਆਂ ਨੂੰ ਨੰਗਾ ਨਹੀਂ ਕਰਨਾ ਚਾਹੀਦਾ? ਉਹ ਕਹਿੰਦੇ ਕਿ ਦਾਸ ਇਹਨਾਂ ਸਾਰੀਆਂ ਗੱਲਾਂ ਦੇ ਪ੍ਰਸੰਗ 'ਚ ਤੁਹਾਡੇ ਕੋਲ ਬੇਨਤੀ ਰੂਪ 'ਚ ਪੁੱਛਦਾ ਕਿ ਏਕਤਾ ਇਹ ਲੋਕ ਭੰਗ ਕਰ ਰਹੇ ਨੇ ਕਿ ਮੈਂ ਕਰ ਰਿਹਾ? ਪੰਥ ਨਾਲ ਘਾਤ ਕਮਾਉਣ ਵਾਲੀਆਂ ਗੱਲਾਂ ਇਹ ਲੋਕ ਕਰ ਰਹੇ ਨੇ ਜਾਂ ਮੈਂ ਕਰ ਰਿਹਾ? ਇਹ ਗੱਲ ਇੰਨੀ ਖੁੱਲੇ ਰੂਪ ਦੇ ਵਿੱਚ ਬਾਬਾ ਜਰਨੈਲ ਸਿੰਘ ਨੇ ਜਦੋਂ ਕੀਤੀ ਤਾਂ ਆਖਿਰ ਦੇ ਵਿੱਚ ਜਦੋਂ ਕਹਿੰਦੇ ਕੋਈ ਸਾਰੇ ਬੰਨ ਟੁੱਟ ਜਾਂਦੇ ਨੇ, ਉਸ ਵੇਲੇ ਇਹਨਾਂ ਨੂੰ ਬਾਬਾ ਜਰਨੈਲ ਸਿੰਘ ਨੇ ਇਹ ਗੱਲ ਉੱਥੇ ਸੰਗਤ ਰੂਪ ਦੇ ਵਿੱਚ ਕੀਤੀ। ਉਹ ਫਿਰ ਵੀ ਕਹਿ ਰਹੇ ਨੇ, ਕਹਿੰਦੇ ਦਾਸ ਨੇ ਹੁਣ ਇਹਨਾਂ ਲੋਕਾਂ ਦੀਆਂ ਗੱਲਾਂ ਤੇ ਕਰਤੂਤਾਂ ਵੱਲ ਦੇਖ ਕੇ ਖਾਲਸਾ ਪੰਥ ਨੂੰ ਕੋਈ ਬਹੁਤ ਵੱਡਾ ਪ੍ਰੋਗਰਾਮ ਤੇ ਨਿਸ਼ਾਨਾ ਦੇਣ ਦਾ ਪੱਕਾ ਮਨ ਬਣਾਇਆ ਹੋਇਆ, ਪਰ ਇਹਦੇ ਬਾਵਜੂਦ ਮੈਨੂੰ ਅਜੇ ਬਹੁਤ ਸੋਚ ਸਮਝ ਕੇ ਚੁੱਪ ਰਹਿਣਾ ਪੈ ਰਿਹਾ, ਕਿਉਂਕਿ ਅੱਜ ਦੀ ਹਾਲਤ 'ਚ ਜਦੋਂ ਇਹ ਲੀਡਰ ਪੰਥ ਦੀਆਂ ਨਜ਼ਰਾਂ 'ਚ ਪੰਥ ਦੇ ਝੰਡਾ ਬਰਦਾਰ ਬਣੀ ਬੈਠੇ ਨੇ, ਮੈਂ ਨਹੀਂ ਚਾਹੁੰਦਾ ਕਿ ਅਜੇ ਮੇਰੇ ਵੱਲੋਂ ਖਾਲਸਾ ਪੰਥ ਦੇ ਮੁਕੰਮਲ ਬੋਲਬਾਲੇ ਨੂੰ ਕਾਇਮ ਕਰਨ ਦੇ ਸਬੰਧ 'ਚ ਕਿਸੇ ਬਹੁਤ ਵੱਡੇ ਪ੍ਰੋਗਰਾਮ ਦਾ ਐਲਾਨ ਕਿਸੇ ਵੱਖਰੇ ਪਲੇਟਫਾਰਮ ਤੋਂ ਕੀਤਾ ਜਾਵੇ। ਨਾਲ ਫਿਰ ਵੀ ਸੂਝਬੂਝ ਤੋਂ ਕੰਮ ਕਰ ਲੈ ਰਹੇ ਨੇ ਬਾਬਾ ਜਰਨੈਲ ਸਿੰਘ, ਫਿਰ ਵੀ ਉਹਨਾਂ ਨੇ ਪੰਥ ਦੇ ਵਿੱਚ ਕੋਈ ਅਜਿਹੀ ਗੱਲ ਨਹੀਂ ਕੀਤੀ ਫੁੱਟ ਪਾਉਣ ਵਾਲੀ ਜਿਵੇਂ ਅੱਜ ਦੇ ਲੀਡਰ ਫਟਾਫਟ ਪ੍ਰੈਸ ਕਾਨਫਰੰਸ ਕਰਕੇ ਫਟਾਫਟ ਚਾਰ ਪੱਤਰਕਾਰਾਂ ਨੂੰ ਇਕੱਠੇ ਕਰਕੇ ਗੱਲਾਂ ਕਰ ਦਿੰਦੇ ਨੇ। ਸਾਡੇ ਕੋਲ ਇੱਕ ਬਹੁਤ ਸਹੀ ਅਰਥਾਂ ਦੇ ਵਿੱਚ ਇੱਕ ਮੁਕੰਮਲ ਰੂਪ ਦੇ ਵਿੱਚ ਇੱਕ ਮਾਡਲ ਹੈ ਲੀਡਰੀ ਦਾ। ਉਹਨਾਂ ਤੋਂ ਬਾਅਦ ਸਾਡੇ ਕਿਸੇ ਲੀਡਰ ਨੇ ਜੋ ਕੌਮ ਦੀ ਅਗਵਾਈ ਕਰਨਾ ਚਾਹੁੰਦਾ ਹੈ ਜਾਂ ਕੌਮ ਦੀ ਵਾਹਵਾ ਲੁੱਟਣੀ ਚਾਹੁੰਦਾ, ਉਸਨੇ ਉਸ ਮਾਡਲ ਤੇ ਚੱਲਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਸਾਡੇ ਕੋਲ ਸਪਸ਼ਟ ਰੂਪ ਦੇ ਵਿੱਚ ਇੱਕ ਮਾਡਲ ਹੈ ਸਾਡੇ ਆਗੂ ਦਾ, ਸਾਡੇ ਲੀਡਰ ਦਾ। ਠੀਕ ਹੈ, ਸਾਡੀ ਕਿਸਮਤ ਕੌਮ ਦੀ ਇੰਨੀ ਚੰਗੀ ਨਹੀਂ ਸੀ ਕਿ ਬਾਬਾ ਜਰਨੈਲ ਸਿੰਘ ਹੋਰ ਪੰਜ ਚਾਰ ਸਾਲ ਅਗਵਾਈ ਕਰਦੇ ਕੌਮ ਦੀ, ਪਰ ਸਾਨੂੰ ਬਹੁਤ ਕੁਝ ਦੇ ਕੇ ਗਏ ਨੇ, ਅਸੀਂ ਕਦੇ ਸੋਚ ਵਿਚਾਰ ਕੀਤੀ ਨਹੀਂ ਹੈਗੀ। ਇਹ ਮੌਕਾ ਜੁੜਿਆ, ਸੰਗਤਾਂ ਨੇ ਆਪ ਮੌਕਾ ਦਿੱਤਾ, ਅਕਾਲ ਪੁਰਖ ਵਾਹਿਗੁਰੂ ਨੇ ਆਪ ਮੌਕਾ ਦਿੱਤਾ ਕਿ ਅਸੀਂ ਉਹ ਮਾਡਲ ਬਾਰੇ, ਅਸੀਂ ਉਹ ਸਿਧਾਂਤ ਬਾਰੇ, ਏਜੰਡੇ ਬਾਰੇ ਚੰਗੀ ਤਰ੍ਹਾਂ ਤੁਹਾਡੇ ਨਾਲ ਗੱਲ ਕਰੀਏ, ਤੁਹਾਡੇ ਤੱਕ ਗੱਲ ਪਹੁੰਚਦੀ ਹੋਵੇ ਕਿਸੇ ਨਾ ਕਿਸੇ ਤਰੀਕੇ। ਸੋ ਉਹ ਕਹਿੰਦੇ ਕਿ ਮੈਂ ਨਹੀਂ ਚਾਹੁੰਦਾ ਕਿ ਕਿਸੇ ਵੱਖਰੇ ਪਲੇਟਫਾਰਮ ਤੋਂ ਇਹ ਗੱਲ ਹੋਵੇ, ਕਿਉਂਕਿ ਅੱਜ ਦੇ ਹਾਲਾਤ 'ਚ ਮੇਰੇ ਵੱਲੋਂ ਇਸ ਤਰ੍ਹਾਂ ਕਰਨ ਨਾਲ ਭਾਰਤ ਸਰਕਾਰ ਤੇ ਹਿੰਦੂ ਪ੍ਰੈਸ ਨੂੰ ਪੰਥ ਦੇ ਅੰਦਰ ਭੁਲੇਖੇ ਪਾਉਣ ਤੇ ਨਵੀਆਂ ਨਵੀਆਂ ਸਾਜ਼ਿਸ਼ਾਂ ਨੂੰ ਹਵਾ ਦੇਣ ਦਾ ਮੌਕਾ ਮਿਲੇਗਾ। ਨਹੀਂ ਤਾਂ ਖਾਲਸਾ ਪੰਥ ਦਾ ਇਕੱਠ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਜ਼ੂਰ ਦਾਸ ਵੀ ਬੁਲਾ ਸਕਦਾ ਤੇ ਪੰਥ ਸਾਹਮਣੇ ਖਾਲਸਾ ਪੰਥ ਦੀ ਆਜ਼ਾਦ ਹਸਤੀ ਦੇ ਬੁਨਿਆਦੀ ਅਸੂਲ ਨੂੰ ਤੇ 1947 ਤੋਂ ਪਹਿਲਾਂ ਗਾਂਧੀ, ਨਹਿਰੂ ਤੇ ਹੋਰ ਲੀਡਰਾਂ ਵੱਲੋਂ ਰਾਜਸੀ ਪਲੇਟਫਾਰਮ ਤੇ ਸਿੱਖ ਕੌਮ ਨੂੰ ਦਿੱਤੇ ਗਏ ਵਚਨਾਂ ਤੇ ਵਾਅਦਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਖਾਲਸਾ ਪੰਥ ਦੀ ਸੰਪੂਰਨ ਆਜ਼ਾਦੀ ਦਾ ਜਿਹੜਾ ਟੀਚਾ ਤੇ ਨਿਸ਼ਾਨਾ ਮਿੱਥਿਆ ਜਾ ਸਕਦਾ ਤੇ ਐਲਾਨ ਕੀਤਾ ਜਾ ਸਕਦਾ। ਇਸ ਵੇਲੇ ਪੰਥ ਦੀ ਇਹ ਇੱਛਾ ਵੀ ਹੈ ਕਿ ਟੋਪੀ ਵਾਲਿਆਂ ਦੇ ਰਾਜ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਉਣ ਲਈ ਕੌਮ ਨੂੰ ਕੋਈ ਜੁਝਾਰੂ ਪ੍ਰੋਗਰਾਮ ਤੇ ਸਪਸ਼ਟ ਨਿਸ਼ਾਨਾ ਦੇ ਦਿੱਤਾ ਜਾਵੇ, ਤੇ ਉਹਨਾਂ ਨੇ ਵਾਰ ਵਾਰ ਇਹ ਗੱਲ ਕਹੀ ਤੇ ਇੱਥੋਂ ਉਹਨਾਂ ਦੇ ਸਿਆਸੀ ਤੌਰ ਦੇ ਉੱਤੇ ਜੋ ਜਾਣਕਾਰੀਆਂ ਨੇ ਉਹਨਾਂ ਬਾਰੇ ਪਤਾ ਚੱਲਦਾ ਕਿ ਉਹ ਕਿੰਨੇ ਪੱਕੇ ਤੌਰ ਦੇ ਉੱਤੇ ਸਾਰੇ ਸਿਆਸੀ ਹਾਲਾਤ ਤੋਂ ਜਾਣੂ ਸਨ ਤੇ ਹਰ ਪੱਖੋਂ ਉਹਨਾਂ ਨੇ ਸਾਨੂੰ ਰਾਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਇਸ ਰਾਹ ਤੇ ਚੱਲ ਕੇ, ਇਸ ਮਾਡਲ ਤੇ ਚੱਲ ਕੇ, ਇਸ ਸਿਧਾਂਤ ਤੇ ਚੱਲ ਕੇ ਕੌਮ ਦਾ ਭਲਾ ਹੋ ਸਕਦਾ, ਆਪਣਾ ਭਲਾ ਹੋ ਸਕਦਾ, ਆਪਣੇ ਪਰਿਵਾਰਾਂ ਦਾ ਭਲਾ ਹੋ ਸਕਦਾ। ਅਸੀਂ ਆਪਣੇ ਆਪ ਬਾਰੇ ਸੋਚਦੇ ਹਾਂ, ਅਸੀਂ ਆਪਣੇ ਪਰਿਵਾਰਾਂ ਬਾਰੇ ਜਾਂ ਕੌਮ ਦਾ ਜਿਹੜਾ ਭਵਿੱਖ ਆ ਉਹਦੇ ਬਾਰੇ ਨਹੀਂ ਸੋਚਦੇ। ਉਹਨਾਂ ਨੇ ਆਪਣੇ ਆਪ ਬਾਰੇ ਨਹੀਂ ਸੋਚਿਆ, ਕੌਮ ਦੇ ਭਵਿੱਖ ਬਾਰੇ ਸੋਚਿਆ ਕਿ ਕੌਮ ਨੂੰ ਸਿਧਾਂਤ ਦੇ ਦਿੱਤਾ ਜਾਵੇ, ਕੌਮ ਨੂੰ ਇੱਕ ਮਾਡਲ ਦੇ ਦਿੱਤਾ ਜਾਵੇ ਤਾਂ ਕੌਮ 20 ਸਾਲਾਂ 'ਚ, 50 ਸਾਲਾਂ 'ਚ, 100 ਸਾਲਾਂ ਦੇ ਵਿੱਚ ਕਿੱਥੇ ਪਹੁੰਚੂਗੀ। ਅੱਜ ਉਸ ਗੱਲ ਨੂੰ 30 ਸਾਲ ਹੋ ਗਏ ਨੇ ਪੂਰੇ, 30 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਤੇ ਕੌਮ ਅਗਾਂਹ ਜਾਣ ਦੀ ਥਾਂ ਤੇ ਪਿੱਛੇ ਪਿੱਛੇ ਜਾ ਰਹੀ ਹੈ।
ਕਿਉਂ ਜਾ ਰਹੀ ਹੈ? ਕਿਉਂਕਿ ਅਸੀਂ ਸਿਧਾਂਤ ਉਹਨਾਂ ਦਾ ਦੱਸਿਆ ਨਹੀਂ ਸਾਡੀ ਕੌਮ ਨੂੰ, ਫੋਟੋਆਂ ਲਾਉਣੀਆਂ ਅਸੀਂ ਦੱਸ ਦਿੱਤੀਆਂ, ਤਸਵੀਰਾਂ ਲਾਉਣੀਆਂ ਗੱਡੀਆਂ ਤੇ ਦੱਸ ਦਿੱਤੀਆਂ, ਉਹਨਾਂ ਦੇ ਸਿਧਾਂਤ ਬਾਰੇ ਅਸੀਂ ਪ੍ਰਚਾਰ ਨਹੀਂ ਕੀਤਾ। ਸੋ ਕੌਮ ਦੀ ਜਿਹੜੀ ਚੜ੍ਹਦੀ ਕਲਾ ਤੇ ਇਹਦੀ ਆਜ਼ਾਦੀ ਲਈ ਬਹੁਤ ਕੁਝ ਕਰਨਾ ਚਾਹੀਦਾ, ਕਿਉਂਕਿ ਉਹ ਕਹਿੰਦੇ ਨੇ ਕਿ ਮੈਂ ਪਿਛਲੇ ਕੁਝ ਸਾਲਾਂ ਚ ਪੰਥ ਨਾਲ ਵਾਪਰਦੀਆਂ ਜਿਹੜੀਆਂ ਤੁਰੀਆਂ ਆ ਰਹੀਆਂ ਮਾੜੀਆਂ ਘਟਨਾਵਾਂ ਤੋਂ ਹੋਏ ਤਜਰਬੇ ਦੇ ਕਾਰਨ ਇਸ ਗੱਲ ਦਾ ਸਹੀ ਰੂਪ ਚ ਪਤਾ ਲਾ ਲਿਆ ਕਿ ਅੱਜ ਸਾਰੇ ਹਿੰਦੁਸਤਾਨ ਦਾ ਹਿੰਦੂ ਤੇ ਭਾਰਤ ਦੀ ਸਰਕਾਰ ਸਿੱਖਾਂ ਦੇ ਲਹੂ ਦੇ ਤਿਹਾਏ ਨੇ। ਭਾਰਤ ਸਰਕਾਰ ਵੱਲੋਂ ਇੱਕ ਪਾਸੇ ਤਾਂ ਸਿੱਖ ਕੌਮ ਦੇ ਹੱਕਾਂ ਲਈ ਆਵਾਜ਼ ਉਠਾਉਣ ਤੇ ਜੂਝਣ ਵਾਲੇ ਸਿੰਘਾਂ ਦੇ ਲਹੂ ਚ ਹੱਥ ਰੰਗੇ ਜਾ ਰਹੇ ਨੇ, ਤੇ ਦੂਜੇ ਪਾਸੇ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਸਾਦਾ ਕੱਪੜਿਆਂ ਚ ਕਮਾਂਡੋ ਦਸਤੇ ਭੇਜ ਕੇ ਮੈਨੂੰ ਤੇ ਜਥੇ ਦੇ ਸਿੰਘਾਂ ਨੂੰ ਧੋਖੇ ਫਰੇਬ ਨਾਲ ਹੱਥੋਂ ਹੱਥੀ ਜਿਉਂਦਿਆਂ ਫੜ ਲੈਣ ਤੇ ਜਾਂ ਫਿਰ ਮੁੱਠਭੇੜ ਚ ਸਾਰਿਆਂ ਨੂੰ ਮੌਤ ਦੇ ਘਾਟ ਉਤਾਰ ਦੇਣ ਬਾਰੇ ਮਸ਼ਵਰੇ ਕੀਤੇ ਜਾ ਰਹੇ ਨੇ ਤੇ ਸਾਜਿਸ਼ਾਂ ਘੜੀਆਂ ਜਾ ਰਹੀਆਂ ਨੇ। ਪਰ ਇਹਦੇ ਬਾਵਜੂਦ ਉਹ ਕਹਿੰਦੇ ਮੈਨੂੰ ਅਕਾਲੀ ਲੀਡਰਾਂ ਦੇ ਰੌਂ ਤੇ ਵਤੀਰੇ ਵੱਲ ਦੇਖ ਕੇ ਉਸ ਨੂੰ ਵਿਚਾਰ ਕੇ ਚੁੱਪ ਰਹਿਣਾ ਪੈ ਰਿਹਾ। ਪਿਛਲੇ ਕੁਝ ਦਿਨਾਂ ਤੋਂ ਕਹਿੰਦੇ ਇਹ ਚਰਚਾ ਸੁਣਨ ਚ ਆ ਰਹੀ ਹੈ ਕਿ ਸੀ ਆਰ ਪੀ ਤੇ ਹੋਰ ਫੌਜੀ ਦਸਤਿਆਂ ਨੂੰ ਤੇ ਜਾਂ ਫੌਜੀ ਟੁਕੜੀਆਂ ਨੂੰ ਕਿਸੇ ਵੇਲੇ ਵੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਦਾਖਲ ਹੋਣ ਦਾ ਹੁਕਮ ਮਿਲ ਸਕਦਾ। ਪਰ ਇਸ ਸਬੰਧ ਚ ਮੈਂ ਇੱਕ ਗੱਲ ਸਪਸ਼ਟ ਕਰਨੀ ਚਾਹੁੰਦਾ ਕਿ ਸਰਕਾਰ ਆਪਣੇ ਮਨ ਚੋਂ ਇਹ ਭੁਲੇਖਾ ਕੱਢ ਦੇਵੇ ਕਿ ਉਹਦੀ ਪੁਲਿਸ ਜਾਂ ਫੌਜ ਮੈਨੂੰ ਤੇ ਜਥੇ ਦੇ ਸਿੰਘਾਂ ਨੂੰ ਜਿਉਂਦਿਆਂ ਫੜ ਲੂਗੀ। ਸਰਕਾਰ ਦੀ ਇਹ ਇੱਛਾ ਕਦੇ ਵੀ ਪੂਰੀ ਨਹੀਂ ਹੋਏਗੀ, ਕਿਉਂਕਿ ਦਾਸ ਤੇ ਜਥੇ ਦੇ ਸਿੰਘਾਂ ਦਾ ਇਹ ਦ੍ਰਿੜ ਫੈਸਲਾ ਕਿ ਅਸੀਂ ਜਿਉਂਦਿਆਂ ਫੜੇ ਜਾਣ ਨਾਲ ਸ਼ਹੀਦੀ ਨੂੰ ਪਹਿਲ ਦੇਵਾਂਗੇ, ਅਤੇ ਮੇਰਾ ਕਹਿੰਦੇ ਇਹ ਅਟਲ ਵਿਸ਼ਵਾਸ ਹੈ ਕਿ ਫਿਰ ਸਾਡੀਆਂ ਸ਼ਹੀਦੀਆਂ ਤੋਂ ਬਾਅਦ ਖਾਲਸਾ ਪੰਥ ਦੇ ਸਾਹਮਣੇ ਜੋ ਨਿਸ਼ਾਨਾ ਤੇ ਪ੍ਰੋਗਰਾਮ ਹੋਵੇਗਾ ਉਹ ਸਾਰਿਆਂ ਨੂੰ ਪਤਾ। ਉਹ ਕਹਿੰਦੇ ਕਿ ਦਾਸ ਖਾਲਸਾ ਪੰਥ ਦੇ ਦੁਸ਼ਮਣ ਤੇ ਦੁਸ਼ਮਣਾਂ ਦੇ ਉੱਪਰ ਇਹ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਕਿ ਅਸੀਂ ਵੀ ਇੱਥੇ ਆਪਣੇ ਪਿਤਾ ਦੇ ਘਰ ਚ ਬੈਠੇ ਹਾਂ ਤੇ ਅਸੀਂ ਇੱਥੇ ਚੂੜੀਆਂ ਪਾ ਕੇ ਨਹੀਂ ਬੈਠੇ। ਸਿੰਘਾਂ ਨੇ ਇਹ ਵੀ ਫੈਸਲਾ ਕਰ ਲਿਆ ਤੇ ਪੱਕਾ ਨਿਸ਼ਚਾ ਧਾਰ ਲਿਆ ਕਿ ਪਹਿਲਾਂ ਬਿਨਾਂ ਵਜ੍ਹਾ ਗੋਲੀ ਚਲਾਉਣੀ ਨਹੀਂ, ਪਰ ਜੇ ਸੀ ਆਰ ਪੀ ਜਾਂ ਫੌਜ ਨੇ ਦਰਬਾਰ ਸਾਹਿਬ ਵੱਲ ਮੂੰਹ ਕੀਤਾ ਤਾਂ ਫਿਰ ਸਰਕਾਰ ਇਹ ਸਮਝ ਲਵੇ ਕਿ ਸਿੰਘ ਇੱਕ ਵਾਰ ਤਾਂ ਹਮਲਾ ਕਰਨ ਵਾਲਿਆਂ ਦੇ ਮੋਛੇ ਪਾ ਦੇਣਗੇ ਤੇ ਉਨ੍ਹਾਂ ਦੇ ਸੱਥਰ ਲਾ ਕੇ ਜ਼ਰੂਰ ਰੱਖ ਦੇਣਗੇ। ਸਿੰਘ ਆਪ ਤਾਂ ਸ਼ਹੀਦੀਆਂ ਪਾ ਜਾਣਗੇ, ਪਰ ਤੁਸੀਂ ਵੇਖਦੇ ਰਹਿਣਾ ਕਿ ਸਿੰਘ ਸੂਰਮੇ ਦੁਸ਼ਟਾਂ ਵੈਰੀਆਂ ਦੇ ਲੰਗਾਰ ਕਿਵੇਂ ਲਾਉਂਦੇ ਨੇ ਤੇ ਸਿੱਖ ਕੌਮ ਦੇ ਇਸ ਯੁੱਧ ਦਾ ਆਪਣੇ ਲਹੂ ਨਾਲ ਨਵਾਂ ਇਤਿਹਾਸ ਕਿਵੇਂ ਲਿਖਦੇ ਨੇ ਇਹ ਤੁਸੀਂ ਦੇਖ ਲੈਣਾ। ਉਹ ਨਾਲ ਹੀ ਕਹਿੰਦੇ ਨੇ ਕਿ ਇੱਕ ਬੇਨਤੀ ਮੈਂ ਹੋਰ ਕਰਦਾ ਕਿ ਐਲਾਨੀਆ ਤੌਰ ਤੇ ਉਹ ਕਰਨੀ ਚਾਹੁੰਦਾ, ਉਹ ਬੇਨਤੀ ਹੈ ਕਹਿੰਦੇ ਕਿ ਜਿਸ ਦਿਨ ਸ੍ਰੀ ਦਰਬਾਰ ਸਾਹਿਬ ਤੇ ਦੁਸ਼ਟਾਂ ਵੈਰੀਆਂ ਦਾ ਹਮਲਾ ਹੋਵੇ ਤਾਂ ਉਸ ਵੇਲੇ ਤੁਸੀਂ ਇੱਧਰ ਸਾਡੇ ਵੱਲ ਆਉਣ ਦੀ ਖੇਚਲ ਨਹੀਂ ਕਰਨੀ, ਇੱਥੇ ਅਸੀਂ ਉਹਨਾਂ ਨਾਲ ਆਪੇ ਹੀ ਨਜਿੱਠ ਲਵਾਂਗੇ। ਉਸ ਸਮੇਂ ਸਮੁੱਚੇ ਖਾਲਸਾ ਪੰਥ ਦਾ ਕੰਮ ਇਹ ਹੋਣਾ ਚਾਹੀਦਾ ਜਿੱਥੇ ਕਿਤੇ ਵੀ ਗੁਰੂ ਘਰ ਦਾ ਨਿੰਦਕ, ਸਿੱਖ ਕੌਮ ਦਾ ਦੁਸ਼ਮਣ, ਦੋਖੀ ਤੇ ਕੋਈ ਪੰਥ ਘਾਤਕ ਦਿਸੇ ਉਹਨੂੰ ਛੱਡਣਾ ਨਹੀਂ। ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਉੱਪਰ ਹਮਲੇ ਤੋਂ ਪਿੱਛੋਂ ਟੋਪੀ ਵਾਲਿਆਂ ਤੇ ਉਹਨਾਂ ਦੀ ਭਾਰਤ ਸਰਕਾਰ ਨਾਲ ਜੰਗ ਸ਼ੁਰੂ ਸਮਝਣੀ ਤੇ ਇਹ ਜੰਗ ਉਦੋਂ ਤੱਕ ਜਾਰੀ ਰਹੇਗੀ, ਉਦੋਂ ਤੱਕ ਜਾਰੀ ਰੱਖਣੀ ਜਦੋਂ ਤੱਕ ਇੱਕ ਆਜ਼ਾਦ ਤੇ ਖੁਦਮੁਖਤਿਆਰ ਖਾਲਸਾ ਰਾਜ ਹੋਂਦ ਚ ਨਹੀਂ ਆ ਜਾਂਦਾ ਤੇ ਕੇਸਰੀ ਨਿਸ਼ਾਨ ਸਾਹਿਬ ਲਾਲ ਕਿਲੇ ਦੇ ਉੱਪਰ ਝੂਲ ਨਹੀਂ ਜਾਂਦਾ। ਸ੍ਰੀ ਦਰਬਾਰ ਸਾਹਿਬ ਦੇ ਉੱਪਰ ਹਮਲੇ ਤੋਂ ਬਾਅਦ ਵੀ ਜੇ ਕੋਈ ਬੰਦਾ ਆਪਣੇ ਆਪ ਨੂੰ ਪੰਥਕ ਆਗੂ ਹੋਣ ਦਾ ਦਾਅਵੇਦਾਰ ਦੱਸਦਾ ਹੋਇਆ ਖਾਲਸਾ ਪੰਥ ਨੂੰ ਭਾਰਤ ਦੀ ਅਖੰਡਤਾ, ਹਿੰਦੂ ਸਿੱਖ ਏਕਤਾ, ਹਿੰਦੂ ਸਿੱਖਾਂ ਚ ਨੌ ਮਾਸ ਦੇ ਰਿਸ਼ਤੇ ਤੇ ਗਾਂਧੀਵਾਦੀ ਨੀਤੀਆਂ ਤੇ ਅਹਿੰਸਾ ਦੇ ਰਾਹ ਤੇ ਕੋਈ ਚੱਲਣ ਲਈ ਕਹਿੰਦਾ ਤਾਂ ਉਸ ਹਾਲਤ ਚ ਉਹਨੂੰ ਪੰਥ ਦਾ ਵੱਡਾ ਘਾਤਕ ਤੇ ਗਦਾਰ ਤੇ ਗੁਰੂ ਘਰ ਵੱਲੋਂ ਬੇਮੁੱਖ ਹੋਇਆ ਬੰਦਾ ਸਮਝਣਾ ਚਾਹੀਦਾ ਤੇ ਉਸ ਨਾਲ ਵੀ ਕਿਸੇ ਤਰ੍ਹਾਂ ਦੀ ਕੋਈ ਢਿੱਲ ਨਹੀਂ ਗੁਜ਼ਾਰਨੀ ਚਾਹੀਦੀ। ਤੇ ਇਹ ਗੱਲ ਉਹਨਾਂ ਨੇ ਬਹੁਤ ਸਪਸ਼ਟ ਸ਼ਬਦਾਂ ਦੇ ਵਿੱਚ ਖਾਲਸਾ ਪੰਥ ਦੇ ਨਾਮ 1 ਜੂਨ ਨੂੰ ਜਾਰੀ ਕੀਤੇ ਸੰਦੇਸ਼ ਜਿਹੜਾ ਕਿ ਉਹਨਾਂ ਨੇ ਗੁਰੂ ਰਾਮਦਾਸ ਲੰਗਰ ਦੀ ਇਮਾਰਤ ਤੋਂ ਜਾਰੀ ਕੀਤਾ ਉਹਦੇ ਚ ਕਹੀ। ਫਿਰ ਉਹਨਾਂ ਨੇ ਕਿਹਾ ਕਿ ਕਹਿੰਦੇ ਇੱਕ ਗੱਲ ਹੋਰ ਧਿਆਨ ਨਾਲ ਸੁਣ ਲਓ ਕਿ ਸੱਚਖੰਡ ਸਰੂਪ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਹੋਣ ਤੋਂ ਬਾਅਦ ਜੇ ਸਿੱਖ ਕੌਮ ਨੂੰ 50 ਲੱਖ ਸਿਰਾਂ ਦਾ ਬਲੀਦਾਨ ਦੇ ਕੇ ਵੀ ਖਾਲਸਾ ਰਾਜ ਦੀ ਪ੍ਰਾਪਤੀ ਕਰਨੀ ਹੋਵੇ ਤਾਂ ਉਸ ਹਾਲਤ ਚ ਵੀ ਇਸ ਪ੍ਰਾਪਤੀ ਨੂੰ ਸਸਤਾ ਸਮਝਣਾ, ਮਹਿੰਗਾ ਨਾ ਸਮਝਣਾ, ਉਸ ਸਮੇਂ ਇਸ ਗੱਲ ਦਾ ਪੂਰੀ ਪੂਰੀ ਸਖ਼ਤੀ ਤੇ ਕਰੜਾਈ ਨਾਲ ਖਿਆਲ ਰੱਖਣਾ ਤੇ ਉਹਦੇ ਉੱਪਰ ਯੁੱਗਾਂ ਤੱਕ ਅਮਲ ਕਰਦੇ ਰਹਿਣਾ। ਤੇ ਉਹ ਗੱਲ ਇਹ ਹੈ ਕਿ ਖਾਲਸਾ ਰਾਜ ਦੀ ਸਰਵਉੱਚ ਤਾਕਤ ਖਾਲਸਾ ਪੰਥ ਦੇ ਹੱਥਾਂ ਚ ਰੱਖਣੀ, ਸਿੱਖ ਸਿਧਾਂਤ ਤੇ ਸਿੱਖ ਰਵਾਇਤਾਂ ਦੇ ਉੱਪਰ ਸੱਚ, ਨੀਤੀ ਤੇ ਜੀਵਨ ਦੇ ਅਮਲ ਕਰਮ ਦੇ ਪੱਖੋਂ ਅਮਲੀ ਤੌਰ ਤੇ ਪਹਿਰਾ ਦੇਣ ਵਾਲੇ ਸਿੰਘਾਂ ਨੂੰ ਹੀ ਥੱਲੇ ਤੋਂ ਲੈ ਕੇ ਉੱਪਰ ਤੱਕ ਅੱਗੇ ਲੈ ਕੇ ਆਉਣਾ। ਸਿਧਾਂਤਹੀਣ ਕੱਚੇ ਪੀਲੇ ਤੇ ਸੰਕਟ ਵੇਲੇ ਜ਼ਿੰਦਗੀ ਨੂੰ ਗੜ ਨਾਲ ਲਾਈ ਰੱਖਣ ਵਾਲਿਆਂ ਨੂੰ ਭੁੱਲ ਕੇ ਵੀ ਧਰਮ, ਸਮਾਜ ਤੇ ਰਾਜਸੀ ਖੇਤਰ ਚ ਲੀਡਰ ਵਜੋਂ ਅੱਗੇ ਨਾ ਲਿਆਇਓ ਤੇ ਜਥੇਦਾਰੀਆਂ ਤੇ ਪ੍ਰਧਾਨਗੀਆਂ ਦੇ ਪਟੇ ਐਵੇਂ ਕੁਝ
ਦੁਖੀ ਤਿੱਖੀ ਬੰਦਿਆਂ ਦੇ ਨਾਮ ਪੱਕੇ ਤੌਰ ਤੇ ਸਥਾਈ ਰੂਪ ਚ ਨਾ ਲਿਖਵਾ ਛੱਡਿਓ। ਹਰ ਜ਼ਿੰਮੇਵਾਰ ਬੰਦਾ ਜਾਂ ਉਸ ਬੰਦੇ ਦੀ ਯੋਗਤਾ, ਸੰਜੀਦਗੀ, ਇਮਾਨਦਾਰੀ ਤੇ ਜਿਹੜੀ ਦ੍ਰਿੜਤਾ, ਉਹਨੂੰ ਹਰ ਸਮੇਂ ਨਾਲੋਂ ਨਾਲ ਸਾਹਮਣੇ ਰੱਖਣਾ ਤੇ ਹਾਲਾਤ ਤੇ ਜਿਹੜੀਆਂ ਸਮੇਂ ਦੀਆਂ ਜਿਹੜੀਆਂ ਉੱਪਰ ਥੱਲੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹਨਾਂ ਦੀ ਰੋਸ਼ਨੀ ਚ ਉਹਨਾਂ ਦੀ ਪਰਖ ਕਰਦੇ ਰਹੋ ਖਾਲਸਾ ਜੀ। ਤੇ ਖਾਲਸਾ ਰਾਜ ਦੀ ਪ੍ਰਾਪਤੀ ਤੋਂ ਬਾਅਦ ਕਿਸੇ ਵੀ ਟੋਪੀ ਵਾਲੇ ਨੂੰ ਜਾਂ ਸਿੱਖ ਸਰੂਪ ਚ ਟੋਪੀ ਵਾਲਿਆਂ ਨਾਲ ਰੋਟੀ ਬੇਟੀ ਦੀ ਸਾਂਝ ਕਰਨ ਵਾਲੇ ਨੂੰ, ਸਾਖ ਸਖੀਰੀਆਂ ਦੇ ਪੱਖੋਂ ਸਾਂਝ ਰੱਖਣ ਵਾਲੇ ਤੇ ਇਹਨਾਂ ਦੇ ਮਤ ਮਤਾਂਤਰ ਤੇ ਰੋਹ ਰੀਤੀਆਂ ਜਾਂ ਮੂਰਤੀ ਬੁੱਤਾਂ ਤੇ ਇਸ਼ਟਾਂ ਅੱਗੇ ਸਿਰ ਝੁਕਾਉਣ ਵਾਲੇ ਨੂੰ ਧਰਮ, ਸਮਾਜ ਤੇ ਰਾਜ ਦੇ ਕਿਸੇ ਵੀ ਖੇਤਰ ਚ ਕਿਧਰੇ ਭੁੱਲ ਕੇ ਵੀ ਆਪਣਾ ਲੀਡਰ ਨਾ ਬਣਾਉਣਾ, ਆਪਣੇ ਲੀਡਰ ਵਜੋਂ ਮਾਨਤਾ ਨਾ ਦੇ ਬੈਠੇ ਹੋ ਤੇ ਨਾ ਉੱਚੀਆਂ ਤੇ ਜ਼ਿੰਮੇਵਾਰੀ ਵਾਲੀਆਂ ਪਦਵੀਆਂ ਦੇ ਲਾਗੇ ਫਟਕਣ ਦਿਓ। ਭੇਖਧਾਰੀਆਂ ਤੇ ਬਹੁਰੂਪੀਆਂ ਦੀ ਤਿੱਖੀ ਤੇ ਡੂੰਘੀ ਨਜ਼ਰ ਨਾਲ ਪਛਾਣ ਰੱਖਿਓ ਤੇ ਕਿਸੇ ਵੀ ਐਸੇ ਦੰਭੀ ਵਿਅਕਤੀ ਦੇ ਬਾਹਰ ਮੁਖੀ ਰੂਪ ਸਰੂਪ ਤੇ ਉਹਦੇ ਅਸਰ ਨੂੰ ਕਬੂਲ ਨਾ ਕਰ ਬੈਠਿਓ। ਇਹ ਹੁਣ ਸਾਡਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਦੱਸਿਆ ਹੋਇਆ ਮਾਰਗ ਹੈ, ਇੱਥੇ ਉਸ ਮਾਰਗ ਦੀ ਗੱਲ ਕਰ ਰਿਹਾ ਬਾਬਾ ਜਰਨੈਲ ਸਿੰਘ। ਰਾਜਸੀ ਟੀਚਾ ਵੀ ਸਪਸ਼ਟ ਕਰ ਗਏ, ਧਾਰਮਿਕ ਟੀਚਾ ਵੀ ਸਪਸ਼ਟ ਕਰ ਗਏ, ਸਾਡਾ ਸਮਾਜਿਕ ਟੀਚਾ ਵੀ ਉਹ ਸਪਸ਼ਟ ਕਰ ਰਹੇ ਨੇ। ਵੱਖਰੀ ਹੋਂਦ, ਵੱਖਰੀ ਪਛਾਣ ਤੇ ਵੱਖਰਾ ਰੀਤ ਰਿਵਾਜ ਤੇ ਵੱਖਰਾ ਜਿਹੜਾ ਸਾਡਾ ਸਰਮਾਇਆ ਵਿਰਸਾ ਉਹਦੇ ਬਾਰੇ ਵੀ ਗੱਲ ਕਰ ਰਹੇ ਨੇ ਨਾਲ ਨਾਲ ਕਿ ਇਸ ਨੂੰ ਨਿਆਰਾ ਕਿਵੇਂ ਰੱਖਣਾ। ਤੁਸੀਂ ਕਹਿੰਦੇ ਨੇ ਕਿ ਸਿੱਖ ਇਤਿਹਾਸ ਦੇ ਝਰੋਖੇ ਚ ਖਾਲਸਾ ਪੰਥ ਦੇ ਪਿੰਡੇ ਦੇ ਡੋਗਰਿਆਂ ਤੇ ਮਿਸਰਾਂ ਵੱਲੋਂ ਖਾਲਸਾ ਰਾਜ ਦੀ ਤਬਾਹੀ ਤੇ ਬਰਬਾਦੀ ਦੇ ਸਿਲਸਿਲੇ ਚ ਪਾਈਆਂ ਹੋਈਆਂ ਜਿਹੜੀਆਂ ਅਜੇ ਤੱਕ ਨਿਸ਼ਾਨੀਆਂ ਨੇ ਉਹਨਾਂ ਵੱਲ ਝਾਤੀ ਮਾਰ ਕੇ ਕੁਝ ਸਬਕ ਲੈਂਦੇ ਰਿਹਾ ਕਰੋ। ਪੰਜਾਬ ਦੀ ਧਰਤੀ ਉੱਪਰ ਸੈਂਕੜੇ ਸਾਲਾਂ ਤੋਂ ਵਸਦੇ ਤੁਰੇ ਆ ਰਹੇ ਹਿੰਦੂਆਂ ਦਾ ਕਿਰਦਾਰ ਤੇ ਉਹਨਾਂ ਦਾ ਸੁਭਾਅ ਅੱਜ ਤੁਹਾਡੇ ਸਾਹਮਣੇ ਹੈ ਤੇ ਇਹ ਟੋਪੀ ਵਾਲੇ ਖਾਲਸਾ ਪੰਥ ਦੀ ਇਸ ਜਨਮ ਭੂਮੀ ਪੰਜਾਬ ਦੇ ਅੰਦਰ ਬਹੁਤ ਸੈਂਕੜੇ ਸਾਲਾਂ ਤੋਂ ਰਹਿੰਦੇ ਹੋਏ ਵੀ ਇੱਥੋਂ ਦੀ ਮਿੱਟੀ ਨਾਲ ਮਨੋ ਚਿੱਤੋਂ ਮੋਹ ਪਿਆਰ ਤੇ ਹਮਦਰਦੀ ਨਹੀਂ ਰੱਖਦੇ। ਇਹ ਲੋਕ ਇੱਥੋਂ ਦਾ ਸਭ ਕੁਝ ਖਾ ਪੀ ਕੇ ਵੀ, ਹੰਢਾ ਕੇ ਵੀ ਤੇ ਲੁੱਟ ਪੁੱਟ ਕੇ ਵੀ ਸਿੱਖ ਕੌਮ ਦਾ ਤੇ ਇਸ ਧਰਤੀ ਦਾ ਬੁਰਾ ਹਾਲ ਹੀ ਚਿਤਵਦੇ ਨੇ। ਅਸਲ ਦੇ ਵਿੱਚ ਇਹਨਾਂ ਦੀਆਂ ਜੜ੍ਹਾਂ ਇਸ ਧਰਤੀ ਦੇ ਅੰਦਰ ਨਹੀਂ, ਸਗੋਂ ਕਿਧਰੇ ਗੰਗਾ ਤੋਂ ਪਾਰ ਲੱਗੀਆਂ ਹੋਈਆਂ ਨੇ। ਇਹੋ ਹੀ ਕਾਰਨ ਹੈ ਕਿ ਇਹਨਾਂ ਟੋਪੀ ਵਾਲਿਆਂ ਨੇ 1947 ਤੋਂ ਲੈ ਕੇ ਅੱਜ ਤੱਕ ਪੰਜਾਬ ਤੇ ਪੰਜਾਬੀ ਬੋਲੀ ਦੇ ਹੱਕ ਚ ਕਦੇ ਹੁੰਗਾਰਾ ਨਹੀਂ ਭਰਿਆ, ਪੰਜਾਬ ਦੇ ਪਾਣੀਆਂ ਦੀ ਕਦੇ ਗੱਲ ਨਹੀਂ ਕੀਤੀ, ਪੰਜਾਬ ਦੇ ਹੱਕਾਂ ਹਕੂਕਾਂ ਦੀ ਗੱਲ ਨਹੀਂ ਕੀਤੀ, ਪੰਜਾਬ ਦੀਆਂ ਸਿੱਖਾਂ ਦੀਆਂ ਧੀਆਂ ਭੈਣਾਂ ਦੀ ਜਿਹੜੀ ਬੇਪਤੀ ਕੀਤੀ ਗਈ ਉਹਨਾਂ ਦੀ ਕਦੇ ਬਚਾਉਣ ਦੀ ਗੱਲ ਨਹੀਂ ਕੀਤੀ, ਤੇ ਜਿਹੜਾ ਸਿੱਖਾਂ ਤੇ ਤਸ਼ੱਦਦ ਹੋ ਰਿਹਾ ਉਹਦੇ ਬਾਰੇ ਇਹਨਾਂ ਨੇ ਗੱਲ ਕੀ ਕਰਨੀ ਹੈ, ਉਹਦੇ ਬਾਰੇ ਗੱਲ ਕੀ ਕੀਤੀ ਹੈ ਇਹਨਾਂ ਨੇ ਹੁਣ ਤੱਕ? ਇਹਨਾਂ ਨੇ ਹਰ ਪੱਖੋਂ ਹਰ ਗੱਲ ਦੇ ਵਿੱਚ ਸਿੱਖਾਂ ਦਾ ਵਿਰੋਧ ਕੀਤਾ ਤੇ ਵਿਰੋਧ ਕਰਦੇ ਤੁਰੇ ਜਾ ਰਹੇ ਨੇ। ਤੇ ਅਸਲ ਚ ਇਸ ਧਰਤੀ ਦੇ ਮਾਲਕ ਤੇ ਵਾਰਸ ਹੋਣ ਦਾ ਜਿਹੜਾ ਸਿਹਰਾ ਖਾਲਸਾ ਪੰਥ ਨੂੰ ਜਾਂਦਾ, ਕਿਉਂਕਿ ਖਾਲਸਾ ਪੰਥ ਨੇ ਆਪਣੇ ਜਨਮ ਕਾਲ ਤੋਂ ਲੈ ਕੇ ਹੁਣ ਤੱਕ ਆਪਣੀ ਇਸ ਜਨਮ ਭੂਮੀ ਦੀ ਆਨ ਸ਼ਾਨ ਚੜ੍ਹਦੀ ਕਲਾ ਆਜ਼ਾਦੀ ਤੇ ਰਾਖੀ ਲਈ ਵੱਖ ਵੱਖ ਸਮੇਂ ਦੇ ਉੱਪਰ ਵਿਦੇਸ਼ੀ ਧਾੜਵੀਆਂ ਨਾਲ ਲੋਹਾ ਲਿਆ, ਲੱਖਾਂ ਸਿਰ ਦਿੱਤੇ, ਜੰਗਲਾਂ, ਬੀਆਬਾਨਾਂ, ਰੇਤਾਂ, ਬੇਲਿਆਂ ਤੇ ਪਹਾੜਾਂ ਦੇ ਵਿੱਚ ਦੁੱਖ ਕਸ਼ਟ ਤੇ ਔਖੇ ਸਮੇਂ ਕੱਟੇ, ਵਿਦੇਸ਼ੀ ਹਕੂਮਤਾਂ ਤੇ ਧਾੜਵੀਆਂ ਵੱਲੋਂ ਦਿੱਤੇ ਜਾਣ ਵਾਲੇ ਘੋਰ ਤਸੀਹਾਂ ਦੀਆਂ ਜਿਹੜੀਆਂ ਕਹਾਣੀਆਂ ਨੇ ਉਹ ਇੱਕ ਵੱਖਰੀ ਗੱਲ ਹੈ ਖਾਲਸਾ ਜੀ। ਇਸ ਕਰਕੇ ਸਿੰਘੋ, ਗੁਰੂ ਸਾਹਿਬਾਨ ਦੀ ਤੇ ਖਾਲਸਾ ਪੰਥ ਦੀ ਇਸ ਪਵਿੱਤਰ ਤੇ ਮਹਾਨ ਧਰਤੀ ਦੇ ਅਸਲ ਮਾਲਕ ਤੇ ਵਾਰਸ ਹੋਣ ਦੇ ਨਾਲ ਤੁਸੀਂ ਇਹਦੀ ਆਨ ਤੇ ਸ਼ਾਨ ਦੀ ਚੜ੍ਹਤ ਨੂੰ ਕਾਇਮ ਰੱਖਣਾ, ਰੰਗ ਲਾਉਣਾ ਤੇ ਚਮਕਾਉਣਾ। ਤੇ ਇਸ ਤਰੀਕੇ ਨਾਲ ਉਹ ਗੱਲਾਂ ਕਰਦੇ ਕਰਦੇ ਫਿਰ ਫਤਿਹ ਬੁਲਾਉਂਦੇ ਨੇ। ਅਖੀਰ ਦੇ ਵਿੱਚ ਕਹਿੰਦੇ ਕਿ ਜਥੇਬੰਦਕ ਤੇ ਹਥਿਆਰਬੰਦ ਰੂਪ ਚ ਆਪਣੇ ਆਪ ਨੂੰ ਸੰਗਠਿਤ ਕਰਨਾ, ਇਸ ਕਰਕੇ ਉਸ ਅਕਾਲ ਪੁਰਖ ਦੇ ਗੁਰੂ ਘਰ ਦੇ ਆਸਰੇ ਸ਼ਸਤਰਾਂ ਦੀ ਤਾਕਤ ਨੂੰ ਸਦਾ ਹੀ ਅੰਗ ਸੰਗ ਰੱਖਣਾ ਹੋਏਗਾ, ਕਿਉਂਕਿ ਰਾਜ ਭਾਗ ਹਾਸਲ ਕਰਨ ਤੇ ਇਹਨੂੰ ਕਾਇਮ ਰੱਖਣ ਦੀ ਜਿਹੜੀ ਤੇ ਉਸ ਰਾਜ ਭਾਗ ਨੂੰ ਕਾਇਮ ਦਾਇਮ ਰੱਖਣ ਤੇ ਗੁਰੂ ਘਰ ਦੇ ਜਿਹੜੇ ਟੀਚੇ ਹੁੰਦੇ ਨੇ ਉਦੇਸ਼ ਤੇ ਸੰਕਲਪ ਨੂੰ ਧਰਮ, ਸਮਾਜ ਤੇ ਰਾਜ ਦੇ ਖੇਤਰ ਚ ਅਮਲੀ ਰੂਪ ਦੇਣ ਤੇ ਸਾਕਾਰ ਕਰਨ ਲਈ ਇਹ ਜਿਹੜੇ ਜੋਸ਼ ਤੇ ਜਜ਼ਬੇ ਦੀ ਲੋੜ ਹੁੰਦੀ ਹੈ ਉਹ ਆਪਣੇ ਅੰਗ ਸੰਗ ਰੱਖਣਾ ਤੇ ਆਪਣੇ ਹੱਥ ਦੇ ਵਿੱਚ ਇਹ ਤਾਕਤ ਰੱਖਣਾ ਇਹ ਬਹੁਤ ਜ਼ਰੂਰੀ ਹੈ। ਤਾਂ ਖਾਲਸਾ ਜੀ, ਇਸ ਮਹਾਂਭਾਗ ਦੀ ਸੱਚਾਈ ਨਾਲ ਜੁਗਾਂ ਜੁਗਾਂ ਤੱਕ ਟੁੱਟਣਾ ਨਹੀਂ ਹੈਗਾ ਕਿ ਕਹੂ ਕਿਸੇ ਕੋ ਰਾਜ ਨਾ ਦੇ ਹੈ ਜੋ ਲੇ ਹੈ ਨਿਜ ਬਲਸੇ ਲੇ ਹੈ। ਤੇ ਸਾਧ ਸੰਗਤ ਜੀ, ਦਾਸ ਗੁਰੂ ਪੰਥ ਦੇ ਚਰਨਾਂ ਦੀ ਧੂੜ ਹੈ ਤੇ ਗੁਰੂ ਘਰ ਦਾ ਕੁੱਕਰ ਹੈ। ਜੇ ਦਾਸ ਪਾਸੋਂ ਗੁਰੂ ਰੂਪ ਸੰਗਤ ਦੀ ਹਾਜ਼ਰੀ ਚ ਕੋਈ ਭੁੱਲ ਹੋ ਗਈ ਹੋਵੇ ਜਾਂ ਤੁਹਾਡੇ ਚੋਂ ਕਿਸੇ ਦੇ ਵੀ ਦਿਲ ਦੁਖਾਉਣ ਵਾਲੀ ਗੱਲ ਮੂੰਹੋਂ ਨਿਕਲ ਗਈ ਹੋਵੇ ਤਾਂ ਤੁਸੀਂ ਦਾਸ ਨੂੰ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਉਹ ਫਤਿਹ ਬੁਲਾ ਕੇ ਸਾਰਾ ਕੁਝ ਅੱਜ ਉਹਨਾਂ ਨੇ
ਕਹਿਣਾ ਚਾਹਿਆ ਸੰਗਤਾਂ ਨੂੰ ਸ਼ਾਇਦ ਅਜੇ ਵੀ ਉਨ੍ਹਾਂ ਦੇ ਮਨ ਦੇ ਵਿਚ ਬਹੁਤ ਸਾਰੀਆਂ ਗੱਲਾਂ ਹੋਣਗੀਆਂ ਜਿਹੜੀਆਂ ਉਹ ਚਾਹੁੰਦੇ ਹੋਣਗੇ ਕਿ ਮੈਂ ਉਹ ਗੱਲਾਂ ਕਰਾਂ। ਦਾਸ ਨੇ ਸਿਰਫ ਇੱਕ ਘੰਟੇ ਦੇ ਸਮੇਂ ਦੇ ਵਿਚ ਤੇ ਕੱਲ ਥੋੜੇ ਜਿਹੇ ਸਮੇਂ ਦੇ ਵਿਚ ਇਹ ਗੱਲ ਕਰਨੀ ਚਾਹੀ ਜਿਹੜਾ ਉਨ੍ਹਾਂ ਨੇ 2.5-3 ਘੰਟੇ ਲਗਾਤਾਰ ਗੁਰੂ ਰਾਮਦਾਸ ਨਗਰ ਦੀ ਇਮਾਰਤ ਦੇ ਉੱਤੇ ਉਸ ਦਿਨ ਭਾਸ਼ਣ ਦਿੱਤਾ 1 ਜੂਨ ਵਾਲੇ ਦਿਨ। ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਸੰਗਤ ਨੂੰ ਸੰਬੋਧਨ ਕਰਨ ਤੇ ਉਹ ਤੋਂ ਪਿੱਛੋਂ ਕੁਝ ਇੱਕ ਸਿੰਘਾਂ ਦੇ ਨਾਲ ਵਿਚਾਰ ਸਾਂਝੇ ਕਰਨ ਤੋਂ ਬਾਅਦ ਉਥੋਂ ਚਲੇ ਗਏ। ਫਿਰ ਗੁਰੂ ਰਾਮਦਾਸ ਨਗਰ ਦੀ ਇਮਾਰਤ ਤੋਂ ਚਲੇ ਗਏ। ਉਨ੍ਹਾਂ ਦੇ ਨਾਲ ਜਿਹੜਾ ਸਿੰਘ 24 ਘੰਟੇ ਰਹਿੰਦਾ ਸੀ ਉਹਦੇ ਵੱਲੋਂ ਉਨ੍ਹਾਂ ਨੂੰ ਦੁਪਹਿਰ ਦਾ ਖਾਣਾ ਖਾਣ ਲਈ ਬੇਨਤੀ ਕੀਤੀ ਗਈ ਸੀ ਤੇ ਜਥੇ ਦਾ ਇੱਕ ਹੋਰ ਸਿੰਘ ਸੰਤਾਂ ਨੂੰ ਕੁਝ ਕਾਹਲੀ ਕਾਹਲੀ ਦੱਸਦਾ ਹੋਇਆ ਉਨ੍ਹਾਂ ਦੇ ਨਾਲ ਜ਼ਰਾ ਜਲਦੀ ਉੱਠਣ ਲਈ ਉਨ੍ਹਾਂ ਨੂੰ ਬੇਨਤੀ ਕਰ ਰਿਹਾ ਸੀ ਤੇ ਫਿਰ ਉਸ ਤੋਂ ਬਾਅਦ ਨਿਕਲ ਗਏ ਸਨ ਉਥੋਂ। ਤੇ ਕੁਝ ਸਿੰਘਾਂ ਚ ਇਸ ਗੱਲ ਦੀ ਉਸ ਵੇਲੇ ਚਰਚਾ ਚੱਲ ਰਹੀ ਸੀ ਕਿ CRP ਨੇ ਬ੍ਰਹਮ ਬੂਟਾ ਅਖਾੜੇ ਵੱਲੋਂ ਚੌਂਕ ਘੰਟਾ ਘਰ ਵੱਲ ਤੇ ਦਰਬਾਰ ਸਾਹਿਬ ਪਰਿਕਰਮਾ ਦੀ ਉੱਤਰੀ ਡਿਊੜੀ ਦੇ ਦਰਸ਼ਨੀ ਡਿਊੜੀ ਨੂੰ ਪੈਂਦੇ ਲਾਂਘੇ ਦੇ ਉੱਪਰ ਸਖ਼ਤ ਨਾਕਾ ਲਾਇਆ ਹੋਇਆ ਤੇ ਉਹ ਲਾਂਘੇ ਨੂੰ ਬੰਦ ਕਰਨ ਲਈ ਉਹਦੇ ਉੱਪਰ ਇੱਕ ਦੀਵਾਰ ਖੜੀ ਕਰਕੇ ਸ਼੍ਰੋਮਣੀ ਕਮੇਟੀ ਦੇ ਆਦਮੀਆਂ ਨੂੰ ਸਖ਼ਤੀ ਨਾਲ ਰੋਕ ਰਹੇ ਨੇ ਤੇ ਝਗੜਾ ਵੱਧ ਗਿਆ ਉੱਥੇ। ਉਹ ਕੰਧ ਕਰਨ ਲੱਗੇ ਹੋਏ ਨੇ ਉੱਥੇ CRP ਵਾਲੇ ਤੇ ਉੱਥੇ ਬਹਿਸ ਚੱਲ ਰਹੀ ਹੈ। ਇਹ ਗੱਲਾਂ ਜਥੇ ਦੇ ਸਿੰਘ ਕਰ ਰਹੇ ਨੇ। ਸੰਤ ਉਥੋਂ ਜਾ ਚੁੱਕੇ ਨੇ ਗੁਰੂ ਰਾਮਦਾਸ ਨਗਰ ਦੀ ਇਮਾਰਤ ਤੋਂ। CRP ਵਾਲਿਆਂ ਨੇ ਰਫਲਾਂ ਤਾਣੀਆਂ ਹੋਈਆਂ ਨੇ ਤੇ ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਕੰਧ ਢਾਉਣ ਦੀ ਕੰਧ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਗੋਲੀ ਚਲਾ ਦੇਣਗੇ ਤੇ ਇੱਥੋਂ ਤੱਕ ਕਿ ਕੁਝ ਸਿਪਾਹੀਆਂ ਨੇ ਤਾਂ ਇੱਧਰ ਲੰਗਰ ਵਾਲੇ ਪਾਸੇ ਵੱਲ ਸਿਸਤਾਂ ਵੀ ਬੰਨ ਲਈਆਂ ਨੇ। ਤਿਆਰੀ ਪੂਰੀ ਚੱਲ ਰਹੀ ਹੈ ਤੇ 1 ਜੂਨ ਵਾਲੀ ਅਜੇ ਗੋਲੀ ਚੱਲਣ ਦੀ ਘਟਨਾ ਅਜੇ ਸ਼ੁਰੂ ਨਹੀਂ ਹੋਈ। ਪਰ ਇਹ ਸਭ ਦੇ ਬਾਵਜੂਦ ਬਾਬਾ ਜਰਨੈਲ ਸਿੰਘ ਦੇ ਕੋਲ ਦੂਰ ਤੱਕ ਇਕੱਠ ਜਿਹਾ ਬਣਾ ਕੇ ਬੈਠੀ ਖਲੋਤੀ ਸੰਗਤ ਹੈ ਜਿਹੜੀ, ਉਸ ਸੰਗਤ ਦਾ ਪ੍ਰੇਮ ਉਹਨਾਂ ਨੂੰ ਅਜੇ ਵੀ ਜਿਹੜਾ ਹੈ ਆਪਣੇ ਨਾਲ ਬੰਨੀ ਬੈਠਾ। ਬਾਬਾ ਜਰਨੈਲ ਸਿੰਘ ਦੇ ਆਸ ਪਾਸ ਸਾਹਮਣੇ ਬੈਠੀਆਂ ਖਲੋਤੀਆਂ ਸੰਗਤਾਂ ਆਪਣੀ ਸਮਰਥਾ ਤੇ ਇੱਛਾ ਦੇ ਮੁਤਾਬਕ ਮਾਇਆ ਵੀ ਭੇਟ ਕਰ ਰਹੀਆਂ ਸਨ ਤੇ ਸੰਗਤ ਚ ਖੜੇ ਹੋਏ ਛੱਟੇ ਹੋਏ ਕੁਝ ਬੱਚੇ ਤੇ ਕੁਝ ਹੋਰ ਨੌਜਵਾਨ ਉਹ ਇੱਕ ਦੂਜੇ ਨਾਲੋਂ ਅੱਗੇ ਹੋ ਕੇ ਬਾਬਾ ਜਰਨੈਲ ਸਿੰਘ ਦੇ ਚਿਹਰੇ ਦੇ ਉੱਪਰ ਉਨ੍ਹਾਂ ਦੇ ਮੁੱਖ ਦੇ ਉੱਪਰ ਝਾਤੀ ਪਾਉਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਤੇ ਵਾਰ ਵਾਰ ਅਸੀਂ ਦੇਖਦੇ ਹਾਂ ਕਿ ਬਾਬਾ ਜਰਨੈਲ ਸਿੰਘ ਨੇ 1 ਜੂਨ ਵਾਲੇ ਦਿਨ ਜਿਹੜਾ ਸਮਾਂ ਉੱਥੇ ਗੁਰੂ ਰਾਮਦਾਸ ਲੰਗਰ ਦੀ ਇਮਾਰਤ ਤੇ ਗੁਜ਼ਾਰਿਆ ਤੇ ਅੱਗੋਂ ਕਿਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ 1 ਜੂਨ ਦੇ ਦਿਨ। ਬਾਕੀ ਦਾ ਜਿਹੜਾ 1 ਜੂਨ ਦਾ ਦਿਨ ਹੈ ਉਹ ਅਸੀਂ ਕੱਲ੍ਹ ਗੱਲ ਕਰਾਂਗੇ ਤੁਹਾਡੇ ਨਾਲ। ਮਰਦੇ ਮੁਜਾਹਿਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ। ਅੱਜ ਅਸੀਂ 23ਵਾਂ ਭਾਗ ਇੱਥੇ ਹੀ ਸਮਾਪਤ ਕਰਦੇ ਹਾਂ। ਸੋ ਕੱਲ੍ਹ ਨੂੰ ਫੇਰ ਮਿਲਾਂਗੇ।